ਰਾਤ ਨੂੰ ਤਕਰੀਬਨ 8-9 ਦਾ ਟਾਈਮ ਸੀ ਅੱਛਾ ਜਦੋਂ ਆਏ ਨੇ ਆਣ ਕੇ ਬੂਹਾ ਖੜਕਾਇਆ ਬਾਹਰ ਲਾ ਅੱਛਾ ਤੇ ਆਏ ਆ ਤੇ ਦਾਦੀ ਸਾਡੀ ਆਂਦੀ ਕਿ ਮੇਰਾ ਪੁੱਤ ਆ ਗਿਆ ਅੱਛਾ ਉਹਨੇ ਪਹਿਲੇ ਕਹਿਤਾ ਉਹਨੇ ਪੁੱਤ ਕਹਿਤਾ ਜਦ ਬੂਹਾ ਖੜਕੇ ਆਂਦੀ ਮੇਰਾ ਪੁੱਤ ਆ ਗਿਆ ਹਾਂ ਹਾਂ ਅੱਖਾਂ ਤੋਂ ਮਥਾਏ ਸੀ ਅਸੀਂ ਆਖਿਆ ਬੇਬੇ ਪਛਾਣ ਹਾਂ ਭਲਾ ਤੇਰਾ ਪੁੱਤ ਹੈਗਾ ਕਿਹੜਾ ਹਾਂ ਹਾਂ ਦੋ ਜਣੇ ਜੀ ਉਹਨੇ ਬੇਬੇ ਭਲਾ ਕਿਹੜਾ ਤੇਰਾ ਪੁੱਤ ਹੈ ਹਾਂ ਹਾਂ ਉਹਨੇ ਮਤਲਬ ਦੋਵੇਂ ਜਣੇ ਗੁੱਲੂ ਵੀ ਬੈਠਾ ਸੀ ਤੇ ਉਹ ਵੀ ਬੇਬੇ ਸਾਡੀ ਨੇ ਅੱਖਾਂ ਤੋਂ ਮਥਾਏ ਸੀ ਤੇ ਉਹਦੇ ਸਿਰ ਤੇ ਹੱਥ ਰੱਖਿਆ ਕਿਆ ਮੇਰਾ ਪੁੱਤਰ ਹਾਂ ਮੇਰਾ ਪੁੱਤਰ ਅੱਛਾ ਵੇਲੇ ਖੂਨ ਦੀ ਖਿੱਚ ਸੀ ਇੱਕ ਨੇਲ ਕੇ ਜੱਫੀ ਪਾ ਕੇ ਉਹਨੇ ਮੈਂ ਅੱਗੇ ਜੱਫੀ ਪਾਈ ਕੇ ਕਿ ਆ ਮੇਰਾ ਪੁੱਤਰ ਆ ਸਦੀਕ ਝਾੜੀ ਦੇ ਜਾਂਦੇ ਆਇਆ ਭਤੀਜਾ ਫੌਜ ਵੱਟੂ ਅੱਛਾ ਹਰ ਕਿਸਮ ਦੀ ਮਜ਼ਦੂਰੀ ਕੀਤੀ ਹੈ ਭੱਠੇ ਤੇ ਇੱਟਾਂ ਵੀ ਅਸੀਂ ਦੋਵੇਂ ਤਾਂ ਭਤੀਜਾ ਪਾਉਂਦੇ ਰਹੇ ਇਹ ਜਿਹੜਾ ਆਪਣਾ ਮੁਹੰਮਦ ਸਦੀਕ ਸੀ ਸੁਰਜੀਤ ਸਿੰਘ ਹਾਂਜੀ ਹਾਂਜੀ ਅੱਛਾ ਵੇਖ ਲਓ ਉੱਥੇ ਕਿੱਡੇ ਵੱਡੇ ਖਾਨਦਾਨ ਚੋਂ ਆ ਕੇ ਇੱਥੇ ਦਿਹਾੜੀਆਂ ਕਰਦੇ ਰਿਹਾ ਦਿਹਾੜੀਆਂ ਇੱਥੇ ਮਜ਼ਦੂਰੀ ਕਰਦਾ ਰਿਹਾ ਭੱਠੇ ਤੇ ਇੱਟਾਂ ਵੀ ਪਾਉਂਦਾ ਰਿਹਾ ਇੱਟਾਂ ਵੀ ਪਾਉਂਦਾ ਰਿਹਾ ਸਬਜ਼ੀ ਵੀ ਦਿਹਾੜੀ ਰਿਹਾ ਚਾਹ ਗੋਟ ਦੇ ਵਿੱਚ ਬੈਠ ਕੇ ਅੱਛਾ ਸਾਰਿਆਂ ਵਾਲਾ ਹਾਂਜੀ ਸਾਰਿਆਂ ਵਾਲੇ ਤੱਕ ਵੀ ਅਸੀਂ ਕੰਮ ਕਰਦੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਯਾਸਰ ਮਲਕ ਅੱਜ ਅਸੀਂ 1947 ਦੇ ਐਸੇ ਕਿਰਦਾਰ ਉੱਤੇ ਗੱਲ ਕਰਾਂਗੇ ਜਿਸ ਨੂੰ ਦੋ ਮਾਵਾਂ ਦਾ ਪਿਆਰ ਔਰ ਦੋ ਮਜ਼ਹਬ ਮਿਲੇ ਦੋਸਤੋ ਮੇਰੀ ਮੁਰਾਦ ਸੁਰਜੀਤ ਸਿੰਘ ਮੁਹੰਮਦ ਸਦੀਕ ਇੱਕ ਅਜ਼ੀਮ ਇਨਸਾਨ ਦੋਸਤੋ ਇਸ ਕਹਾਣੀ ਦੇ ਉੱਤੇ ਜਨਾਬ ਤਰਸੇਮ ਜੱਸਰ ਸਾਹਿਬ ਨੇ ਪੰਜਾਬੀ ਮੂਵੀ ਸਰਦਾਰ ਮੁਹੰਮਦ ਵੀ ਬਣਾਈ ਹੈ ਸੋ ਦੋਸਤੋ ਅਸੀਂ ਤੁਹਾਨੂੰ ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਪਿੰਡ ਦੀ ਤਰਫ ਲੈ ਕੇ ਜਾ ਰਹੇ ਹਾਂ ਔਰ ਅੱਜ ਤੁਹਾਨੂੰ ਅਸੀਂ ਸੁਰਜੀਤ ਸਿੰਘ ਮੁਹੰਮਦ ਸਦੀਕ ਦਾ ਪਿੰਡ ਵੀ ਦਿਖਾਵਾਂਗੇ ਔਰ ਉਸ ਦੇ ਨਾਲ ਉਹ ਘਰ ਦਿਖਾਵਾਂਗੇ ਜਿੱਥੇ ਸੁਰਜੀਤ ਸਿੰਘ ਆਪਣੇ ਵੀਰ ਗੁੱਲੂ ਦੇ ਨਾਲ 35 ਸਾਲ ਬਾਅਦ ਆਪਣੀ ਮਾਂ ਨੂੰ ਮਿਲਿਆ ਸੀ ਸੋ ਦੋਸਤੋ ਇਸ ਦੇ ਨਾਲ ਅਸੀਂ ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਖਾਨਦਾਨ ਔਰ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਦੋਸਤੋ ਤੁਸੀਂ ਮੁਹੰਮਦ ਸਦੀਕ ਸੁਰਜੀਤ ਸਿੰਘ ਉਹਦਾ ਪਿੰਡ 460 ਮੱਕੀ ਜਿਹੜਾ ਕਿ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਮੌਜੂਦ ਹੈ ਉਹ ਵੇਖ ਰਹੇ ਹੋ ਦੋਸਤੋ ਸਰਦਾਰ ਮੁਹੰਮਦ ਫਿਲਮ ਦੇ ਵਿੱਚ ਇੱਕ ਗਾਣਾ ਜਿਹੜਾ ਕਿ ਨਾ ਪਿੰਡ ਦਿਲ 'ਚੋਂ ਨਿਕਲਿਆ ਨਾ ਪਿੰਡ 'ਚੋਂ ਨਿਕਲਿਆ ਮੈਂ ਸੋ ਦੋਸਤੋ ਇਹ ਉਹੀ ਪਿੰਡ ਹੈ ਜਿਹੜਾ ਕਿ ਸਰਦਾਰ ਮੁਹੰਮਦ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਦੋਸਤੋ ਅੱਜ ਅਸੀਂ ਤੁਹਾਨੂੰ ਸਰਦਾਰ ਮੁਹੰਮਦ ਸਦੀਕ ਦੀ ਕਬਰ ਵੀ ਦਿਖਾਵਾਂਗੇ ਔਰ ਉਸ ਦੇ ਖਾਨਦਾਨ ਦੇ ਨਾਲ ਮਿਲਾਵਾਂਗੇ ਔਰ ਸਾਰੀ ਗੱਲਬਾਤ ਤੁਹਾਡੇ ਰੂਬਰੂ ਪੇਸ਼ ਕਰਾਂਗੇ ਅਤੇ ਇਸ ਦੇ ਨਾਲ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਔਰ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੋ ਦੋਸਤੋ ਇਸ ਦੇ ਨਾਲ ਅਸੀਂ ਤੁਹਾਨੂੰ ਸੁਰਜੀਤ ਸਿੰਘ ਮੁਹੰਮਦ ਸਦੀਕ ਜਿਹਨਾਂ ਦੇ ਉੱਤੇ ਫਿਲਮ ਸਰਦਾਰ ਮੁਹੰਮਦ ਬਣਾਈ ਗਈ ਸੀ ਉਸ ਫਿਲਮ ਦੇ ਜਿਹੜੇ ਰੀਅਲ ਕਰੈਕਟਰ ਸੀਗੇ ਉਹਨਾਂ ਬਾਰੇ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਇੱਕ ਅਵਸ਼ ਜ਼ਰੂਰ ਪਸੰਦ ਆਵੇਗੀ ਔਰ ਦੋਸਤੋ ਸੁਰਜੀਤ ਸਿੰਘ ਮੁਹੰਮਦ ਸਦੀਕ ਦੇ ਛੋਟੇ ਭਾਈ ਗੁੱਲੂ ਜਿਹੜੇ ਕਿ ਅੱਜ ਵੀ ਚੜ੍ਹਦੇ ਪੰਜਾਬ 'ਚ ਰਹਿ ਰਹੇ ਨੇ ਆਓ ਉਹਨਾਂ ਦਾ ਪੈਗਾਮ ਸੁਣਦੇ ਹਾਂ ਔਰ ਨਾਲੇ ਇਹ ਵੀਡੀਓ ਵੇਖਦੇ ਹਾਂ ਯਾਸੀਰ ਮਲਿਕ ਸਾਹਿਬ ਸਲਾਮਾਂ ਅਲੈਕਮ ਬੇਟਾ ਮੈਂ ਤੁਹਾਡਾ ਜ਼ਿੰਦਗੀ ਭਰ ਅਹਿਸਾਨ ਨਹੀਂ ਭੁੱਲੂੰਗਾ ਜਿਹੜਾ ਤੁਸੀਂ ਸਦੀਕ ਮੁਹੰਮਦ ਇੰਡੀਆ ਦਾ ਬਾਈ ਸੁਰਜੀਤ ਦੀ ਕਬਰ ਦੇ ਤੁਸੀਂ ਮੈਨੂੰ ਦਰਸ਼ਨ ਕਰਵਾਏ ਅਤੇ ਮੇਰੇ ਭਰਾ ਦੀ ਕਬਰ ਦੇ ਉੱਤੇ ਜਿਹੜੇ ਫੁੱਲ ਚੜ੍ਹਾਏ ਉਹ ਸਮਝ ਲਓ ਤੁਸੀਂ ਮੇਰੀ ਛਾਤੀ ਦੇ ਉੱਤੇ ਹੀ ਫੁੱਲ ਰੱਖੇ ਕਿਉਂਕਿ ਜੋ ਮੇਰੇ ਲਈ ਬਾਈ ਸੁਰਜੀਤ ਸੀ ਉਹ ਦੁਨੀਆਂ 'ਤੇ ਕੋਈ ਨਹੀਂ ਹੋ ਸਕਦਾ ਅਰੇ ਇਸੇ ਤਰ੍ਹਾਂ ਮੈਂ ਆਪ ਜੀ ਲਈ ਵੀ
ਇਹੀ ਮਲਿਕ ਸਾਹਿਬ ਕਹੂੰਗਾ ਵੀ ਪਰਮਾਤਮਾ ਕਰੇ ਹਰ ਮੁਸਲਮਾਨ ਔਰਤ ਦੇ ਘਰ ਆਪ ਜੈਸਾ ਬੇਟਾ ਪੈਦਾ ਹੋਵੇ ਵੀ ਜਿਹੜਾ ਵਿਛੜੀਆਂ ਰੂਹਾਂ ਨੂੰ ਮਿਲਾਉਂਦਾ ਰਹੇ, ਹਰ ਇੱਕ ਦੇ ਮਨਾਂ ਦੇ ਵਿੱਚੋਂ ਨਫ਼ਰਤ ਨੂੰ ਖਤਮ ਕਰੇ ਅਤੇ ਪਿਆਰ ਵਧਾਵੇ। ਤੁਸੀਂ ਸਾਨੂੰ ਨਹੀਂ ਸਮਝ ਸਕੇ, ਸਾਡੇ ਇੱਧਰ ਪੰਜਾਬ ਵਾਲੇ ਤੁਹਾਨੂੰ ਨਹੀਂ ਸਮਝ ਸਕੇ, ਪਰ ਹੁਣ ਤੁਹਾਡੇ ਵਰਗੇ ਨੇਕ ਇਨਸਾਨ ਵਧੀਆ ਇਨਸਾਨ ਵਿੱਚ ਪੈਣ ਨਾਲ ਇਹ ਕੌਮਾਂ ਦੀ ਨਫ਼ਰਤ ਬੜੀ ਨੇੜੇ ਹੋ ਰਹੀ ਆ। ਜਿਵੇਂ ਕਿ ਇਮਰਾਨ ਖਾਨ ਜੀ ਨੇ ਅਤੇ ਨਵਜੋਤ ਸਿੱਧੂ ਨੇ ਤਾਂ ਹਨੇਰੀਆਂ ਹੀ ਲਿਆਤੀਆਂ ਦੋਨੇ ਪਾਸੇ ਦੀਆਂ ਕੌਮਾਂ ਨੂੰ ਨੇੜੇ ਲਿਆਉਣ ਦੀਆਂ। ਇਸੇ ਤਰ੍ਹਾਂ ਜਿਵੇਂ ਉਹਨਾਂ ਨੇ ਕੰਮ ਕੀਤਾ ਜੋ ਤੁਸੀਂ ਕੰਮ ਕਰ ਰਹੇ ਹੋ ਵਿਛੜੇ ਪਰਿਵਾਰਾਂ ਦੇ ਉੱਤੇ ਫਿਲਮਾਂ ਬਣਾਉਣ ਦਾ, ਪਰ ਉਹਨਾਂ ਨੂੰ ਮਿਲਾਉਣ ਦਾ, ਇੱਕ ਦੂਜੇ ਦਾ ਦੁੱਖ ਦਰਦ ਬਣਾਉਣ ਦਾ। ਇਸ ਦੇ ਵਿੱਚ ਅੱਲਾਹ ਤਾਲਾ ਆਪ ਨੂੰ ਸਹਿਯੋਗ ਦੇਵੇ ਅਤੇ ਅੱਲਾਹ ਤਾਲਾ ਆਪਦੇ ਬੱਚਿਆਂ ਨੂੰ ਅੱਛੀ ਤਾਲੀਮ ਦੇਵੇ ਅਤੇ ਅੱਲਾਹ ਤਾਲਾ ਹਰ ਇੱਕ ਇਨਸਾਨ ਉੱਤੇ, ਚਾਹੇ ਉਹ ਮੁਸਲਮਾਨ ਭਾਈ ਆ, ਚਾਹੇ ਉਹ ਸਿੱਖ ਭਾਈ ਆ, ਚਾਹੇ ਉਹ ਇਸਾਈ ਭਾਈ ਆ, ਚਾਹੇ ਉਹ ਹਿੰਦੂ ਭਾਈ ਆ, ਸਾਰਿਆਂ ਦੇ ਮਨਾਂ 'ਚੋਂ ਨਫ਼ਰਤਾਂ ਦੂਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਮ ਅਲੈਕਮ। ਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਨਾਂ ਕੀ ਆਪਣਾ ਜੀ? ਮੇਰਾ ਨਾਮ ਅਬਾਸ ਅਲੀ। ਅਬਾਸ ਅਲੀ, ਅੱਛਾ ਇਹ ਕਿਹੜਾ ਪਿੰਡ ਬਜ਼ੁਰਗੋ? ਇਹ ਮੱਖੀ ਨੰਬਰ 407 ਸ਼ਾਬਾਂ ਵਾਲੀ ਮੱਖੀ। ਤੁਸੀਂ ਸਰਦਾਰ ਆਇਆ ਸੀ ਕਿਹੜੇ ਸਨ? 1982 ਦੀ ਗੱਲ ਗੁੱਲੂ ਨੇ ਮੈਨੂੰ ਭੇਜਿਆ ਵਾ, ਜਿਹੜਾ ਨਾਲ ਆਇਆ ਸੀ ਨਾ ਮੱਕੀ ਛਾਬਾਂ ਵਾਲੀ, ਉੱਥੇ ਜਾ ਕੇ ਸਾਡਾ ਘਰ ਬੂਹਾ ਵਿਖਾਓ ਜਿੱਥੇ ਮੇਰਾ ਭਰਾ ਸੀਗਾ, ਉਹਦੀ ਕਵਰ ਜਾਂ ਢੇਰੀ ਜਾ ਉਹ ਘਰ ਜਾ ਕੋਈ ਸਕੂਲ, ਤੇ ਘਰ ਕਿੱਥੇ ਉਹਦਾ ਨਾਲ ਦਿਖਾਇਓ ਸਾਨੂੰ। ਘਰ ਇਧਰਲੇ ਪਾਸੇ ਆ। ਅੱਛਾ, ਹੁਣ ਉੱਥੇ ਸਾਈਆਂ ਮਕਾਨ ਉੱਥੇ ਮਕਾਨ ਪਾ ਰਹੇ ਆ। ਪੱਕੇ ਬਣ ਗਏ ਹੁਣ? ਹਾਂਜੀ, ਹੁਣ ਅਸੀਂ ਜਿਹੜੇ ਰਹਿੰਦੇ ਰਹੇ ਨਾ ਰਾਜੀ, ਅੱਛਾ ਉਹਨਾਂ ਨੇ ਪੱਕੇ ਮਕਾਨ ਉਹ ਮੁੱਲ ਲੈ ਕੇ ਨਾ ਮੁੜ ਕੇ ਮਕਾਨ ਆਪਣੇ ਪਾਸੇ ਇੱਥੋਂ ਚਲੇ ਗਏ ਉਹ। ਹਾਂ ਇੱਥੋਂ ਚਲੇ ਗਏ ਮੁੱਕ। ਸਹੀ ਸਹੀ, ਮੁੱਲ ਲੈ ਕੇ ਗਏ। ਤੇ ਕੀ ਉਹ ਜਿਹੜਾ ਉਹਦਾ ਨਾਂ ਸੀ ਸੁਰਜੀਤ ਸਿੰਘ, ਉਧਰ ਉਹਨਾਂ ਨੇ ਰੱਖਿਆ ਸੀ? ਕਿਵੇਂ ਗੱਲ ਹੈ, ਤੇ ਸੁਰਜੀਤ ਦੀ ਸੀ। ਹਾਂ ਹਾਂ, ਤੇ ਕੀ ਭਰਾਵਾਂ ਦੇ ਕੀ ਨਾਂ ਸੀ ਉਹਨਾਂ ਦੇ? ਜਿਹੜਾ ਇੱਥੇ ਜਿਹੜਾ ਸੀ ਉਹ ਅੱਲਾ ਦਿੱਤਾ ਸੀ। ਬਸ ਅੱਲਾ ਦਿੱਤਾ ਸੀ, ਅੱਲਾ ਦਿੱਤਾ। ਇੱਕ ਯੂਸਫ ਸੀ, ਯੂਸਫ ਭਣੇਵਾ ਸੀ। ਯੂਸਫ ਭਣੇਵਾ ਸੀ। ਅਜੇ ਤੁਹਾਨੂੰ ਪਤਾ ਨਹੀਂ ਫਿਲਮ ਬਣੀ ਹੈ? ਨਹੀਂ, ਸਾਨੂੰ ਨਹੀਂ ਪਤਾ, ਨਾ ਵੇਖ ਕੇ ਆਈ ਤੱਕ। ਚਲੋ ਹੁਣ ਵੇਖੋਗੇ। ਹਾਂ ਵੇਖ। ਸਰਦਾਰ ਸਰਦਾਰ ਫਿਲਮ ਦਾ ਨਾਂ ਹੈਗਾ, ਸਰਦਾਰ ਮੁਹੰਮਦ। ਸਰਦਾਰ ਮੁਹੰਮਦ ਪੰਜਾਬੀ ਫਿਲਮ ਆ, ਬੜੀ ਬਣਾਈ ਜੱਸਰ ਨੇ, ਤਰਸੇਮ ਜੱਸਰ ਉਹਦਾ ਨਾਮ ਆ। ਬੜੀ ਜ਼ਬਰਦਸਤ ਫਿਲਮ ਆ, ਤੇ ਮੈਂ ਹੈਰਾਨ ਆ ਤੁਹਾਨੂੰ ਪਿੰਡ ਵਾਲਿਆਂ ਨੂੰ ਪਤਾ ਨੀ ਤੁਹਾਡੇ ਪਿੰਡ ਦੇ ਫਿਲਮ ਬਣੀ, ਤੁਹਾਡੇ ਬੰਦੇ ਦੇ ਪਿੰਡ ਦੇ। ਇਹ ਕਿਹੜੀ ਕੌਮ ਦੇ ਸੀ ਇਹ? ਅਨਸਾਰੀ। ਤੇ ਹੁਣ ਕਿੱਥੇ ਬੈਠੇ ਜਾ ਕੇ? ਸ਼ਾਹਕੋਟ ਢਾਬਾ ਰੋਡ। ਚਲੋ ਜੀ, ਅਸੀਂ ਉਹਨਾਂ ਕੋਲ ਜਾਂਦੇ ਹਾਂ, ਤੇ ਤੁਸੀਂ ਮਿਹਰਬਾਨੀ ਕਰਕੇ ਉਹਨਾਂ ਦਾ ਘਰ ਮਾੜਾ ਕੇ ਦਿਖਾ ਦਿਓ। ਚਲੋ ਇੱਥੇ ਇਹ ਘਰ ਸੀ? ਹਾਂ, ਘਰ ਸੀ। ਕੋਲੋ ਤੋਰੀ ਉਹ ਵੱਖਰੇ ਹੋ ਗਏ ਆ। ਅੱਛਾ, ਉਹ ਸਾਡੇ ਕੋਲ ਆ ਗਿਆ। ਹਾਂ ਹਾਂ ਹਾਂ, ਆ ਜਿਹੜਾ ਆ ਇਹ ਬੱਚਾ ਮੇਰਾ ਉਹਦੇ ਕੋਲ ਆ। ਅੱਛਾ, ਇਹ ਘਰ ਸੀ ਜਿਹੜਾ ਉਹ ਸੁਰਜੀਤ ਸਿੰਘ ਸਰਦਾਰ ਮੁਹੰਮਦ ਵਾਲੇ ਦਾ? ਸਰਦਾਰ ਸਿੰਘ ਦਾ। ਅੱਛਾ, ਤੁਸੀਂ ਇੱਥੇ ਰਹਿੰਦੇ ਹੁਣ? ਹਾਂ ਜੀ, ਇੱਥੇ ਅਸੀਂ ਰਹਿੰਦੇ। ਅੱਛਾ ਅੱਛਾ, ਇਹ ਕੋਲੋ ਤੋੜ ਘਰ ਗਏ ਲੋ ਉਹਨਾਂ ਦਾ। ਆ ਯਾਰ ਘਰ ਤੋਂ ਫੜ ਆ ਜਾ ਆ ਜਾ ਬੱਚੇ ਦਾ ਪਾਸੇ ਕਰ ਲੈ। ਲੋ ਜੀ ਦੋਸਤੋ, ਇਹ ਘਰ ਸੀ ਜਿਹੜਾ ਕਿ ਸੁਰਜੀਤ ਸਿੰਘ ਜਿਹੜੇ ਆਏ ਸੀ ਇੱਥੇ ਸਰਦਾਰ ਮੁਹੰਮਦ ਫਿਲਮ ਦੇ ਵਿੱਚ, ਇਹ ਉੱਥੇ ਰਹਿੰਦੇ ਰਹੇ। ਬਾਈ ਜੀ ਕੀ ਹਾਲ? ਕੀ ਨਾਂ ਆਪਣਾ? ਬਾਬਾ ਦੁਸਾਂ। ਤੁਹਾਨੂੰ ਪਤਾ ਜਿਹੜੇ ਆਏ ਸੀ ਸਰਦਾਰ? ਨਹੀਂ, ਅਸੀਂ ਬਾਅਦ ਚ ਆਏ, ਸਿੰਧ ਲੋ ਆਏ। ਅਸੀਂ ਸਿੰਧੂ ਆਏ। ਅੱਛਾ ਅੱਛਾ, ਲੇਕਿਨ ਸੁਣਿਆ ਹੈਗਾ? ਸੁਣਿਆ ਹੈਗਾ, ਜਗ੍ਹਾ ਸੀ ਉਹਨਾਂ ਕੋਲ, ਮਸਲ ਲਈ ਸੀ ਸਾਡੇ ਮਾਮੇ ਦਾ ਪੁੱਤਰ ਸੀ ਉਹਨਾਂ ਨੇ, ਉਹਨਾਂ ਕੋਲ ਅਸੀਂ ਲਈ ਸੀ ਸਾਰੀ ਜਗ੍ਹਾ, ਇੱਕ ਹੀ ਸੀ ਵੇਦੀ ਸੀ ਉਹਨਾਂ ਕੋਲ। ਅੱਛਾ ਅੱਛਾ, ਅਨਸਾਰੀ ਨੇ ਉਹ ਜਲਾ ਸੀਗੇ, ਅਸੀਂ ਇਕੱਠੇ। ਅੱਛਾ, ਉਹ ਜਲਾ ਸੀਗੇ। ਹਾਂਜੀ। ਅੱਛਾ, ਇਸ ਘਰ 'ਚ ਹੀ ਆਇਆ ਸੀ ਉਹ? ਇਸ ਘਰ 'ਚ ਆਇਆ। ਸਹੀ।
ਅੱਜ ਉਹਨਾਂ ਦਾ ਇੱਕ ਬਾਹਰ ਵੀ ਹਿੱਸਾ ਹੈਗਾ, ਬਾਹਰ ਚੜ੍ਹ ਬਾਹਰ ਦਾ ਵੀ ਹਿੱਸਾ ਹੈਗਾ। ਚਲੋ ਸਹੀ। ਅੱਛਾ ਪਿੰਡ ਦਾ ਚੜ੍ਹਦਾ ਬੰਨਾ ਨਹੀਂ ਹੈ। ਸਹੀ ਸਹੀ ਸਹੀ। ਅੱਛਾ ਇੱਥੇ ਆਏ ਸੀ ਉਦੋਂ? ਸ਼ਾਹਕੋਟ ਚਲੇ ਗਏ ਮਾਂ ਜੀ। ਹਾਂਜੀ ਗੁੱਲੂ ਜਿਹੜਾ ਸੁਰਜੀਤ ਸਿੰਘ ਦਾ, ਸੁਰਜੀਤ ਸਿੰਘ ਇਸੇ ਘਰ ਚ ਆਇਆ ਸੀ ਨਾ। ਸਲਾਮ ਅਲੈਕਮ ਜੀ ਬਾਬਾ ਜੀ, ਕੀ ਹਾਲ ਆ? ਸੇ ਠੀਕ ਆ? ਕੀ ਨਾਮ ਆਪਣਾ? ਅੱਛਾ ਅੱਛਾ ਅੱਛਾ। ਉਹ ਜਿਹੜਾ ਆਇਆ ਸੀ ਸਰਦਾਰ 1982-83 ਜੇ ਗੁੱਲੂ ਦੇ ਨਾਲ, ਉਹ ਯਾਦ ਆ ਕਦੋਂ? ਆ ਦੱਸੋ ਸੁਣਾਓ ਗੱਲ। ਉਹ ਬਹਿ ਗਏ ਤੁਸੀਂ ਅੱਗੇ ਮੈਂ ਦੱਸ ਰਿਹਾ, ਜ਼ਿਕਰ ਕਰ ਰਿਹਾ ਕਿ ਸਰਦਾਰ ਮੁਹੰਮਦ ਜਿਹੜੀ ਫਿਲਮ ਬਣੀ ਸੀ, ਉਹ ਜਿਹੜਾ ਸੁਰਜੀਤ ਸਿੰਘ ਸੀਗਾ ਇਸ ਪਿੰਡ 'ਚ ਹੀ ਉੱਥੋਂ ਆਇਆ ਸੀ ਆਪਣੇ ਤਕਰੀਬਨ 30-35 ਸਾਲ ਤੋਂ ਬਾਅਦ, ਅਤੇ ਉਹ ਛੋਟਾ ਜਿਹਾ ਸੀ ਜਦੋਂ ਉੱਧਰ ਰਹਿ ਗਿਆ ਸੀਗਾ। ਅਤੇ ਆਹ ਜਿਹੜੇ ਬਜ਼ੁਰਗ ਵਾ, ਇਹ ਉਸ ਵੇਲੇ ਹਮਸਾਏ ਸੀਗੇ, ਰਿਸ਼ਤੇਦਾਰ ਅਤੇ ਰਿਸ਼ਤੇਦਾਰ ਵੀ ਆ ਉਹਨਾਂ ਦੇ, ਰਿਸ਼ਤੇਦਾਰ ਇੱਕੋ ਜਾਤ ਦੇ ਸੀ। ਇਹਨਾਂ ਨੇ ਵੇਖਿਆ ਵਾ ਜਦੋਂ ਆਇਆ ਸੀਗਾ ਉਹ ਸੁਰਜੀਤ ਸਿੰਘ, ਇਹਨਾਂ ਕੋਲ ਪੁੱਛਦੇ ਇਹਨਾਂ ਨੇ ਕੀ ਵੇਖਿਆ ਜਦੋਂ ਸਾਰਾ ਮਾਮਲਾ ਹੋਇਆ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ। ਕੀ ਨਾਂ ਕੀ ਆਪਣਾ? ਮੇਰਾ ਨਾਂ ਇਸਾਕ। ਇਸਾਕ ਨਾਂ? ਤੁਹਾਡੇ ਵਾਲਦ ਦਾ ਨਾਂ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ, ਕਿਹੜੀ ਬਰਾਦਰੀ ਆ ਆਪਣੀ? ਹਾਂ ਅਨਸਾਰੀ। ਇਹ ਜਦੋਂ ਆਇਆ ਸੀ ਸਰਦਾਰ ਉਧਰੋਂ, ਹਾਂ ਯਾਦ ਆ ਕਦੋਂ ਆਇਆ ਸੀ? ਕੁਝ ਚੇਤਾ ਵਾ? ਬੜਾ ਚੇਤਾ। ਦੱਸੋ ਕੀ ਹੋਇਆ ਸੀ ਉਦੋਂ? ਵਿਆਹ ਦਾ ਗੱਭਰੂ ਪਾ ਰਹੇ ਸਾਂ ਤੇ ਜਦੋਂ ਆਇਆ ਦੋਵੇਂ ਜਣੇ ਆਏ। ਦੋ ਜਣੇ? ਹਾਂ। ਕੀ ਨਾਂ ਸੀ ਦੋਵਾਂ ਦੇ? ਇੱਕ ਦਾ ਨਾਂ ਸੀ ਤਾਂ ਜਿਹੜਾ ਮੁੰਡਾ ਮੁਸਲਮਾਨ ਸੀ, ਜਲਾਇਆ ਦਾ। ਅੱਛਾ। ਉਹ ਸੀ ਇੱਕ ਆਪ ਸੀ, ਇਹਦਾ ਨਾਂ ਗੁੱਲੂ ਸੀ। ਅੱਛਾ। ਉਹਦਾ ਨਾਂ ਹੋਰ ਸੀ ਤੇ ਉਹ ਮੁੜ ਬਟਾਇਆ ਸਾਨੇ। ਅੱਛਾ। ਹਾਂ ਮੁੜ ਮੁਸਲਮਾਨ ਵਾਲਾ ਨਾਂ ਧਰਿਆ ਸੀ। ਉਹਦਾ ਫਰਜੀਤ ਸਿੰਘ ਸੀ। ਪੱਗ ਪੁੱਗ ਵਾਲੀ ਸੀ ਜਦੋਂ ਆਇਆ? ਜਦੋਂ ਆਇਆ ਉਦੋਂ ਜੂੜਾ ਛੂੜਾ ਪੱਗ ਸ਼ੱਗ ਸਭ ਕੁਛ ਸੀ। ਅੱਛਾ। ਜਦੋਂ ਮੁੜੇ ਉਸ ਜਾ ਕੇ ਕੇਸ ਕੀਤਾ ਹੈ ਨਾ ਸਲਾਮਾਬਾਦ। ਅੱਛਾ। ਹੈਂ ਉੱਥੋਂ ਫਿਰ ਆਰਡਰ ਹੋਇਆ ਸੀ ਨਾ, ਉਸ ਆਖਿਆ ਅੱਗੋਂ ਗੁੱਲੂ ਨੇ ਵੀ ਮੈਂ ਇਹਦਾ ਸਾਰਾ ਕੇਸ ਕਰਕੇ ਅਤੇ ਇਹਨੂੰ ਮੈਂ ਬਹਾਲ ਕਰ ਦਿੱਤਾ ਮਾਂ ਪਿਓ ਦੇ ਕੋਲ। ਅੱਛਾ। ਅਤੇ ਹੁਣ ਉਸ ਆਖਿਆ ਫਿਰ ਇਹਨੂੰ ਮੁਸਲਮਾਨ ਵੀ ਕਰੋ। ਅੱਛਾ। ਇਹਨਾਂ ਨੂੰ ਆਖਿਆ ਇਹਦੀਆਂ ਵਾਰਸਾਂ ਨੂੰ ਮੈਂ ਇਹਨੂੰ ਮੁਸਲਮਾਨ ਕਰ ਲੈਣ। ਅੱਛਾ। ਹੈਂ ਅੱਗੇ ਤਾਂ ਕਲਮਾ ਸਾਡਾ ਹੀ ਪੜ੍ਹਦਾ ਸੀ ਨਾ। ਅੱਛਾ। ਤੇ ਹੁਣ ਉਸ ਆਖਿਆ ਆਪਣਾ ਕਲਮਾ ਪੜ੍ਹੇ
35 ਸਾਲ ਬਾਅਦ ਆਇਆ। ਅੱਛਾ ਛੋਟਾ ਜਿਹਾ ਵਿਛੜਿਆ ਸੀ ਤੇ ਜਵਾਨ ਹੋ ਗਿਆ ਜਦੋਂ ਆਇਆ? ਗੱਭਰੂ ਮੈਂ ਪਿਆ ਨਾ, ਦਾੜੀ ਬੱਗੀ ਹੋਈ ਸੀ। ਅੱਛਾ ਮਾਂ ਦੇ ਨਾਂ ਸੀ ਮਰਾਦਾ। ਮਰਾਦਾ ਕੀ ਕਰਦੀ ਹੁੰਦੀ ਸੀ ਮਾਂ ਉਹਨਾਂ ਦੀ? ਉਹ ਦਾਈ ਬੁਣਾ ਕਰਦੀ ਸੀ। ਅੱਛਾ ਉਹਨੂੰ ਅੱਖਾਂ ਤੋਂ ਦੇਖਦਾ ਸੀ? ਨਹੀਂ, ਹਾਂ ਥੋੜਾ ਘਣਾ ਦੇਖਦਾ ਸੀ, ਕੁੜੀ ਨੂੰ ਨਾਲ ਲੈ ਕੇ ਤੇ ਦਾਈ ਬੁਣਾ ਆਪਣਾ ਕਰਦੀ ਸੀ। ਅੱਛਾ ਕਰਦੀ। ਉਹ ਕਿੰਨੋ ਕੁ ਫੌਤ ਹੋਈ ਮਾਂ ਇਹਨਾਂ ਦੀ ਮੁਰਾਦਾ? ਉਹਨੂੰ ਵੀ ਵਾਹਵਾ ਚੇਰੀ ਹੋ ਗਿਆ, ਕੋਈ 8-9 ਸਾਲ। ਤੇ ਮੁਰਾਦਾਂ ਦੇ ਬੰਦੇ ਦਾ ਕੀ ਨਾਂ ਸੀ? ਉਹਦਾ ਨਾਂ ਰਮਜਾਨ। ਰਮਜਾਨ, ਰਮਜਾਨ ਹੈਗਾ? ਹਾਂ ਨਹੀਂ, ਉਹ ਵੀ ਮਰ ਗਿਆ। ਮਰ ਗਿਆ ਉਹ ਵੀ? ਹਾਂ। ਰਮਜਾਨ ਦਾ ਪੁੱਤਰ ਹੈ ਕੁਝ ਜਿੰਦਾ? ਪੁੱਤਰ ਹੈ ਵੇ, ਅੱਲਾ ਦਿੱਤਾ ਉਹਦਾ ਨਾਂ। ਅੱਲਾ ਦਿੱਤਾ, ਉਹ ਅਜਦੀ ਹੋ ਅਜਦੀ ਆ ਕੇ ਹੋਇਆ। ਅੱਛਾ ਅੱਛਾ, ਅੱਲਾ ਦਿੱਤਾ ਹੈਗਾ ਵਾ। ਅੱਛਾ ਅੱਛਾ, ਜਿਹੜਾ ਉਦਰੀ ਸਿੰਘ ਸੀ ਨਾ, ਉਹਦਾ ਵਾਲਦ ਜਿਹੜਾ ਉਹ 80 ਕਿੱਲਿਆਂ ਦਾ ਮਾਲਕ ਸੀ। ਸਹੀ ਸਹੀ। ਲੇਕਿਨ ਉਹਨੇ ਜ਼ਮੀਨ ਨਹੀਂ ਸੀ ਲਈ। ਉਹਦੇ ਪੁੱਤਰ ਦਾ ਨਾਂ। ਅੱਛਾ ਅੱਛਾ ਅੱਛਾ, ਬਜ਼ੁਰਗੋ ਇੱਥੇ ਤੁਹਾਨੂੰ ਸਦੇਖ ਹੀ ਅਸੀਂ ਸੱਦਦੇ ਰਹੇ। ਜਦੋਂ ਆਇਆ ਪਿੰਡ 'ਚ, ਹਾਂ ਯਾਦ ਆ ਜਦੋਂ ਮਿਲਣ ਆਇਆ ਆਪਣਾ, ਕੀ ਹੋਇਆ ਪਿੰਡ 'ਚ? ਇਸਤਕਬਾਲ ਕੀਤਾ ਜਦੋਂ? ਕਿੰਨੀ ਖੁਸ਼ੀ ਹੋਈ ਮਾਂ ਉਹਦੀ ਨੂੰ ਦੇਖਿਆ ਮਿਲਦਾ? ਬੜੀ ਖੁਸ਼ੀ ਹੋਈ। ਸਾਡਾ ਉੱਕਾ ਘਰ ਨਾ ਇੱਕੇ ਘਰ ਦੇ ਸਾਂ। ਅੱਛਾ ਅੱਛਾ, ਬੜੀ ਖੁਸ਼ੀ ਹੋਈ। ਤੋਬਾ ਯਾਰ, ਬੜੀ ਖੁਸ਼ੀ ਹੋਈ। ਅੱਛਾ ਆਪਣੀ ਮਾਂ ਨੂੰ ਮਿਲ ਕੇ ਉਹਨੂੰ ਬੜੀ ਖੁਸ਼ੀ ਹੋਈ? ਤੁਸੀਂ ਵੇਖਿਆ ਉਹਨੂੰ ਸਾਰਾ? ਬੇਚਾਰੀ ਦੀ ਅੱਥਰੀ ਦੀ ਸੀ ਸੁੱਕਦੀ। ਅੱਥਰੋਂ ਨਹੀਂ ਸੁੱਕਦੇ ਇੱਕ। ਸਹੀ ਸਹੀ। ਅੱਛਾ ਮਾਂ ਜੀ, ਥੋੜ੍ਹਾ ਕੁ ਤੁਸੀਂ ਦੱਸੋ, ਜਿਹੜੀ ਮਾਂ ਸੀ ਰਫੀਕ ਦੀ ਜਿਹਨੂੰ ਸੁਰਜੀਤ ਸਿੰਘ ਵੀ ਕਹਿੰਦੇ ਸੀ, ਉਹਨੂੰ ਤੁਸੀਂ ਵੇਖਿਆ ਆਪਣੀ ਹੋਸ਼? ਮਾਈ ਮਰਾਦਾ ਨੂੰ। ਮਾਈ ਮਰਾਦਾ ਨੂੰ ਗੱਲ ਕਰਨੀ ਆਖਣਾ ਮੇਰਾ 5 ਸਾਲਾਂ ਦਾ ਸੀ ਜਦੋਂ ਰਿਹਾ ਉਧਰ ਰਹਿ ਗਿਆ ਸੀ। ਯਾਦ ਤੇ ਕਰਦੇ ਸਨ ਉਹਦੇ ਤੀਆਂ ਪੁੱਤਰ ਅਸਕਰ, ਯਾਦ ਤੇ ਆਉਂਦੇ ਨੀ ਕਿੱਥੇ ਰਹਿ ਗਿਆ ਜਾਂ ਕਿੱਥੇ ਨਹੀਂ ਰਹਿ ਗਿਆ। ਰੌਲੇ ਗਲੇ ਚ ਮੁੜ ਕਿਹੜੇ ਪਤੇ ਲੱਗਦੇ ਨੇ। ਉਦੋਂ ਤਾਂ ਆਪਣੀ ਆਪਣੀ ਸਾਰਿਆਂ ਨੂੰ ਪਈ ਸੀ, ਥਾਂ ਦੇ ਗਏ ਸਨ। ਅੱਛਾ ਉਹ ਜਿਹੜਾ ਆਇਆ ਸੀ ਗੁੱਲੂ ਤੇ ਉਹ ਸਿੱਖ ਤੋਂ ਵੀ, ਕਿੰਨੇ ਕਿਤੇ ਰਹੇ ਸੀ ਇੱਥੇ? ਗੁੱਲੂ ਤੇ ਰਿਹਾ ਹਿਸਾਬ ਨਾਲ 2-3 ਮਹੀਨੇ ਇੱਥੇ ਰਿਹਾ। ਅੱਛਾ, ਹਾਂ ਜਦੋਂ ਛੱਡਣ ਆਇਆ? ਛੱਡਣ ਆਇਆ, ਉਹਦੇ ਬਾਅਦ ਵੀ ਆਇਆ। ਉਹਦੇ ਬਾਅਦ ਚ ਵੀ ਆਇਆ ਮਿਲਣ? ਫਿਰ ਬਾਅਦ ਵੀ ਆਇਆ। ਸਹੀ ਸਹੀ, ਹਾਂ 2-3 ਮਹੀਨੇ ਰਿਹਾ ਇੱਥੇ। ਉਹਦਾ ਇਲਾਕੇ ਚ ਪਤਾ ਚੱਲ ਗਿਆ ਹੋਣਾ ਕਿ ਮੁਸਲਮਾਨਾਂ ਦਾ ਬੱਚਾ ਲੱਭਿਆ ਵਾ, ਉਹ ਸਿੱਖ ਬਣ ਗਿਆ, ਲੋਕੀ ਆਉਂਦੇ ਹੋਣੇ ਵੇਖਣ ਦੂਰ ਵੇਖਣ ਆਉਂਦੇ ਸਨ ਨਾ। ਇੱਥੇ ਤੈਨੂੰ ਦੱਸਿਆ ਮੰਡੀ ਚੂੜ ਕਾਣੇ ਹੁੰਦਾ, ਚੂੜਾ ਵੀ ਲੁਆਇਆ ਸੀ, ਸਿਰ ਵੀ ਬਣਾਇਆ ਸੀ, ਪੂਰਾ ਮੁਸਲਮਾਨ ਉਹਨੂੰ ਬਣਾਇਆ। ਅੱਛਾ ਫਿਰ ਮੁਸਲਮਾਨ ਕੀਤਾ ਫਿਰ ਉਹਨੂੰ ਦੁਬਾਰਾ? ਸਹੀ ਸਹੀ। ਅੱਛਾ ਇੰਡੀਆ ਚ ਆ ਕੇ ਉਦੋਂ ਜਦੋਂ ਆਇਆ ਨਾ, ਸਾਹਬ ਨਾ ਉਮਰੋਂ ਟਰ ਗਿਆ ਆ ਜਦੋਂ ਸਲਾਮਾਬਾਦ ਆ ਗਿਆ ਸੀ, ਕਿਉਂਕਿ ਦਾੜੀ ਚ ਬੱਗੇ ਤੇ ਆਪਣਾ ਫਿਰ ਚ ਨਹੀਂ ਨਾ। ਅੱਛਾ ਉਹਦੇ ਵਾਲ ਚਿੱਟੇ ਆ ਗਏ ਸੀ? ਆ ਗਏ, ਆਇਆ ਉਮਰ ਕਾਫੀ ਹੋ ਗਈ, ਉਮਰ ਕਾਫੀ। ਅੱਛਾ ਮਾਂ ਜੀ ਵੇਖ ਲਓ ਕਿੱਡਾ ਮਾਂ ਦਾ ਹੌਸਲਾ ਤੇ ਉਸ ਪੁੱਤ ਦਾ, ਪੁੱਤ ਦਾ ਤੇ ਆਪਣੇ 35-40 ਸਾਲਾਂ ਬਾਅਦ ਆਪਣੀ ਔਲਾਦ ਨੂੰ ਮਾਂ ਨੂੰ ਮਿਲਿਆ ਤੇ ਦੇਖ ਲਓ ਕੈਸੀ ਕਹਾਣੀ ਆ ਦੋਸਤੋ। ਤੋ ਉਮਰ ਤੇ ਹਿਸਾਬ ਨਾਲ ਉਧਰ ਹੀ ਲਗਾ ਆਇਆ ਸੀ, ਇੱਥੇ ਤਾਂ ਥੋੜਾ ਤੇਰੀ ਅਜੀਬ ਹੈ। ਸ਼ਾਦੀ ਇੱਥੇ ਕੀਤੀ ਪਾਸ ਸੀ ਉਹ, ਅਜੇ ਉਹਦੇ ਨਾਲ ਗੱਲ ਹੀ ਕੋਈ ਸੀ ਬੰਦਾ ਕਰ ਸਕਦਾ। ਅੱਛਾ ਬੀਏ ਪਾਸ ਸੀਗਾ? ਹਾਂ। ਨਹੀਂ ਨਹੀਂ, ਜਿਹੜਾ ਗੁੱਲੂ ਗੁੱਲੂ ਜਿਹਨੂੰ ਆਉਂਦੇ ਨਾ, ਉਹ ਪੜ੍ਹਿਆ ਲਿਖਿਆ ਬੜਾ ਪੜ੍ਹਿਆ ਸੀ, ਪੜ੍ਹਿਆ ਲਿਖਿਆ ਸੀ ਤੇ ਤਾਂ ਹੀ ਉਹ ਛੱਡਣ ਆ ਗਿਆ ਸੀ ਨਾ ਇੱਧਰ, ਛੱਡਣ ਆ ਗਿਆ ਸੀ। ਰਮਜਾਨ ਨਾ ਕਿਸੇ ਨੂੰ ਪਤਾ ਲੱਗਾ, ਇਹ ਆਏ ਨੇ ਰਾਤ ਦੀ ਕੁਫਤਾਂ ਦੀ ਬਾਂਹ ਮਿਲਦੀ ਹੈ ਨਾ, ਉਹ ਟਾਈਮ ਇਹਨਾਂ ਨੂੰ ਹੋ ਗਿਆ, ਲੱਭਦਿਆ ਬੁਲਾਉਂਦਿਆਂ ਤੇ ਪੁੱਛਦਿਆ ਪੁਛਾਂਦੇ। ਅੱਛਾ ਫਿਰ ਆਇਆ ਨੇ ਨਾ ਜਸਲੇ ਇੱਥੇ, ਉੱਥੇ ਆ ਕੇ ਤੇ ਮੈਂ ਬੰਨੇ ਨਹੀਂ ਗਿਆ, ਮੈਂ ਕਿਹਾ ਕਿਹੜਾ ਕਿਹੜਾ ਆ ਕੇ ਅਸੀਂ ਹਾਂ ਤੇ ਜਿਹੜਾ ਨਾ ਰਮਜਾਨ ਉਹਦਾ ਪੁੱਤ ਸਾ ਮੈਂ ਲਿਆਂਦਾ ਇੰਡੀਆ ਹੀ। ਅੱਛਾ ਤੇ ਮੈਨੂੰ ਉਹਦਾ ਘਰ ਦੱਸ, ਮੈਂ ਕਿਹਾ ਆਹ ਬੁਆ ਮੇਰਾ ਹੈ ਤੇ ਆਹ ਨਾਲ ਹੁੰਦਾ। ਅੱਛਾ ਤੁਹਾਨੂੰ ਮਿਲੇ ਆ ਕੇ ਪਹਿਲਾਂ? ਸਾਨੂੰ ਮਿਲਿਆ ਜੀ, ਮੈਂ ਮੁੜ ਉਹਨਾਂ ਤੇ ਕਰਨ ਲੱਗਿਆ ਵਾ। ਅੱਛਾ ਹਾਂ,
ਅੱਛਾ ਅੱਛਾ ਤੇ ਨਾਲ ਕੋਈ ਹੋਰ ਵੀ ਬੰਦੇ ਆਏ ਨਾ ਮੁੰਡਾ ਵੇ ਕੋਣ ਤੁਸੀਂ ਆਏ ਹੋ ਕਿੰਨਾ ਕੁ ਬੰਦਾ ਇਕੱਠੇ ਹੋ ਗਏ ਅੱਛਾ ਨਾਲ ਬੰਦੇ ਇਕੱਠੇ ਹੋ ਗਏ ਨਾਲ ਹਾਂ ਤੇ ਫਿਲਮ ਦੇ ਵਿੱਚ ਦਿਖਾਇਆ ਉਹਨਾਂ ਨੇ ਕੋਈ ਤੁਹਾਡੇ ਇਲਾਕੇ ਦੇ ਕੋਈ ਚੇਅਰਮੈਨ ਉਹ ਜਿਹੜੇ ਸੀਗੇ ਜਿਹੜੀ ਮੱਕੀ ਪੁਰਾਣੀ ਮੱਕੀ ਜਿਹਨੂੰ ਕਹਿੰਦੇ ਆ ਉੱਥੇ ਦੇ ਦੋ ਤਿੰਨ ਬੰਦੇ ਆਏ ਸੀ ਅਲੀ ਅਹਿਮਦ ਵਗੈਰਾ ਹੁਣ ਅਲੀ ਬਲੀ ਉਹ ਵੀ ਨਾਲ ਉਹਨਾਂ ਨੇ ਲੱਭ ਕੇ ਦਿੱਤਾ ਸੀ ਇਹਨਾਂ ਨੂੰ ਘਰ ਪਿੰਡ ਤੁਹਾਡਾ ਘਰ ਤੁਹਾਡਾ ਉੱਥੋਂ ਮੱਕੀਓ ਹੀ ਆਏ ਨਾਲ ਮੁੰਡੇ ਨਾਲ ਅੱਛਾ ਇੱਕ ਇੱਕ ਦਾ ਨਾਮ ਸੀ ਚੇਅਰਮੈਨ ਸੀ ਚੇਅਰਮੈਨ ਹਾਂ ਕੈਂਬੋਕਾ ਸੀ ਕੈਂਬੋਕਾ ਜਾਂ ਤਾਂ ਉਹਨਾਂ ਦੀ ਕੈਂਬੋਕਾ ਤੁਹਾਡੇ ਕੋਲ ਆਏ ਫਿਰ ਇਹ ਨਾਨਕਾ ਪਿੰਡ ਹੈ ਸਾਡਾ ਤੇ ਘਰੇਲੂ ਹਾਲਾਤ ਕਿਹੋ ਜਿਹੇ ਸੀ ਜਦੋਂ ਤੁਸੀਂ ਵੇਖਿਆ ਮਾੜੇ ਸੀ ਕੱਚੇ ਘਰ ਸੀ ਗੁੱਲੂ ਦਾ ਨਾ ਕੱਚੇ ਸਣ ਇਹਨਾਂ ਦੇ ਅੱਛਾ ਅੱਛਾ ਇਹ ਜਾਨ ਕੇ ਕੱਚੇ ਸਣ ਕੋਠੇ ਜਦੋਂ ਆਇਆ ਹਾਂ ਜਦੋਂ ਆਇਆ ਆਹੋ ਅੱਛਾ ਵੇਖ ਲਓ ਉਹ ਕਿੱਥੋਂ ਪੱਕੇ ਕੋਠੇ ਛੱਡ ਕੇ ਆਪਣੀ ਮਾਂ ਕੋ ਕੱਚੇ ਕੋਠਿਆਂ ਜਾ ਕੇ ਬਹਿ ਗਏ ਆਹੋ ਸੁਰਜੀਤ ਸਿੰਘ ਉਹਦੋਂ ਕੱਚੇ ਸਣ ਇਹਨਾਂ ਦੇ ਮਕਾਨ ਹਾਲਾਤ ਰਮਜਾਨ ਇਹਨਾਂ ਦੇ ਵਾਲਦ ਕੀ ਕਰਦੇ ਸੀ ਕੰਮ ਕੋਈ ਵੀ ਦੁਕਾਨ ਦੁਕਾਨ ਹੀ ਆਪਣਾ ਕੱਪੜਾ ਬਣਾਉਂਦੇ ਸਨ ਖੱਡੀ ਲਾਉਂਦੇ ਖੱਡੀ ਲਾਉਂਦੇ ਕੱਪੜਾ ਬਣਾ ਚਲੋ ਜੀ ਠੀਕ ਹੈ ਬਜ਼ੁਰਗੋ ਮਿਹਰਬਾਨੀ ਕੀ ਨਾਂ ਆ ਗਿਆ ਆਪਣਾ ਗੁਲਾਮ ਸਾਹਿਬ ਅੱਛਾ ਉਹ ਯਾਦ ਆ ਜਿਹੜਾ ਉਹ ਮੁੰਡਾ ਰਹਿ ਗਿਆ ਸੀ ਮੁਸਲਮਾਨ ਆਇਆ ਹੋਇਆ ਇੱਥੇ ਕੀ ਨਾਂ ਸੀ ਉਹਦਾ ਉਹਦਾ ਯਾਰ ਨਾਂ ਰੱਖਿਆ ਸੀ ਠੀਕ ਰੱਖਿਆ ਸੀ ਕੋਈ ਉਹਦਾ ਉਧਰ ਦਾ ਨਾਂ ਹੋਰ ਸੀ ਸੁਰਜੀਤ ਸਿੰਘ ਉਹ ਤਾਂ ਫਿਲਮ ਬਣੀ ਤੁਹਾਨੂੰ ਪਤਾ ਨਹੀਂ ਤੁਹਾਡੇ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਉੱਥੇ ਫਿਲਮ ਬਣੀ ਹੈ ਸਰਦਾਰ ਮੁਹੰਮਦ ਅੱਛਾ ਉਹਨੇ ਵੇਖਿਆ ਜਦੋਂ ਆਇਆ ਸੀ ਨਹੀਂ ਮੈਂ ਵੇਖਿਆ ਨਹੀਂ ਮੈਂ ਆ ਕੇ ਸੁਣਿਆ ਸੀ ਤੇ ਉਹ ਬਾਹਰ ਉਸ ਪਾਸੇ ਆ ਅੱਛਾ ਅੱਛਾ ਕਿਹਨਾਂ ਦਾ ਜੀ ਮੁੰਡਾ ਉਹ ਜਲਾਇਆਂ ਦਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਕੀ ਨਾਂ ਕੀ ਆਪਣਾ ਮੇਰਾ ਨਾਂ ਅਰਸ਼ਦ ਹੈ ਅਰਸ਼ਦ ਕੀ ਵਾਲਦ ਆ ਕੀ ਨਾਂ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਗੁੱਲੂ ਤੁਹਾਡੇ ਕੋਲ ਵੀ ਬਹਿੰਦੇ ਰਹੇ ਗੁੱਲੂ ਸਾਹਿਬ ਆ ਜਿਹੜੇ ਗੁੱਲੂ ਸਾਹਿਬ ਸਾਡੇ ਕੋਲ ਬਹਿੰਦੇ ਅੱਛਾ ਯਾਦ ਆ ਤੁਹਾਨੂੰ ਹਾਂ ਬੜਾ ਯਾਦ ਹੈ ਠੀਕ ਆ ਜੀ ਚਲੋ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੁਣ ਉਹਨਾਂ ਨੂੰ ਦੇਖੋ ਜੀ ਸਾਨੂੰ ਮਿਲਣ ਤੇ ਬੜੀ ਅੱਛੀ ਗੱਲ ਹੈ ਸੁਨੇਹਾ ਵਾਲੀ ਗੁੱਲੂ ਭਾਈ ਨੂੰ ਹਾਂਜੀ ਚਲੋ ਸਹੀ ਹੈ ਜੀ ਫਿਲਮ ਦੇਖੀ ਜਿਹੜੀ ਬਣੀ ਉੱਥੇ ਨਹੀਂ ਫਿਲਮ ਮੈਂ ਨਹੀਂ ਦੇਖੀ ਚਲੋ ਅੱਛਾ ਪੂਰੇ ਪਿੰਡ 'ਚ ਕਿਸੇ ਨੇ ਫਿਲਮ ਨਹੀਂ ਦੇਖੀ ਦੱਸੋ ਜੀ ਨਹੀਂ ਮੂਵੀ ਵੇਖੀ ਹੋਏਗੀ ਮੂਵੀ ਸਰਦਾਰ ਮੁਹੰਮਦ ਫਿਲਮ ਦਾ ਨਾਮ ਆ ਵੇਖਿਓ ਸ਼ਾਇਦ ਕਿਰੇ ਵੇਖੀ ਹੋਵੇ ਅੱਜ ਵੇਖਿਓ ਹੋਣਾ ਮੈਂ ਹੈਰਾਨ ਤੁਹਾਡੇ ਪਿੰਡ 'ਚ ਕਿਸੇ ਨੂੰ ਫਿਲਮ ਦਾ ਪਤਾ ਨਹੀਂ ਕਿ ਤੁਹਾਡੇ ਪਿੰਡ ਦੇ ਉੱਤੇ ਫਿਲਮ ਬਣੀ ਹੈ ਜਿਹੜਾ ਤੁਹਾਡੇ ਪਿੰਡ ਦਾ ਰਹਿਣ ਵਾਲਾ ਮੁੰਡਾ ਸੀ ਉਹਦੇ ਉੱਤੇ ਕੀ ਫਿਲਮ ਸਰਦਾਰ ਮੁਹੰਮਦ ਦਾ ਜਿਹੜਾ ਰੀਅਲ ਕਰੈਕਟਰ ਸੀ ਜਿਹੜੇ ਉਸ ਫਿਲਮ ਦੇ ਜਿਹੜੇ ਰੀਅਲ ਕਰਦਾਰ ਸੀ ਉਹਨਾਂ ਤੱਕ ਨਾਜ਼ਰੀਨ ਪਹੁੰਚ ਚੁੱਕੇ ਹਾਂ ਅਤੇ ਜਿਹੜੇ ਸੀ ਸਰਦਾਰ ਮੁਹੰਮਦ ਜਿਨ੍ਹਾਂ ਨੂੰ ਕਿ ਜਿਨ੍ਹਾਂ ਦਾ ਨਾਂ ਸੀ ਸੁਰਜੀਤ ਸਿੰਘ ਮੁਹੰਮਦ ਸਦੀਕ ਅਤੇ ਅਸੀਂ ਉਹਨਾਂ ਦੀ ਖਾਨਦਾਨ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਰਿਸ਼ਤੇਦਾਰ ਸਾਡੇ ਕੋਲ ਬੈਠੇ ਨੇ ਉਹਨਾਂ ਦੇ ਭਤੀਜੇ ਨੇ ਅਸੀਂ ਗੱਲਬਾਤ ਕਰਾਂਗੇ ਇਹ ਇੱਕ ਬੜੀ ਇੱਕ ਪਾਕਿਸਤਾਨ ਦੀ ਇੱਕ ਹੀਰੋ ਫੈਮਿਲੀ ਹੈ ਅਸੀਂ ਇਹਨਾਂ ਲੋਕਾਂ ਨੂੰ ਸਲਾਮ ਕਰਦੇ ਕਿ ਇਹਨਾਂ ਨੇ ਖਾਨਦਾਨ ਦੇ ਵਿੱਚ ਇੱਕ ਐਸੇ ਬੰਦੇ ਦਾ ਜਨਮ ਹੋਇਆ ਜਿਹਨੇ ਆਪਣੀ ਮਾਂ ਦੀ ਖਾਤਰ ਇੰਨੀ ਦੌਲਤ ਨੂੰ ਠੁਕਰਾ ਕੇ ਆਪਣੀ ਮਾਂ ਨੂੰ ਕਬੂਲਿਆ ਅਤੇ ਸਾਰਾ ਕੁਝ ਛੱਡ ਛੜਾ ਕੇ ਆਪਣੀ ਮਾਂ ਤੱਕ ਪਹੁੰਚੇ ਅੱਜ ਅਸੀਂ ਉਸ ਖਾਨਦਾਨ ਨਾਲ ਗੱਲਬਾਤ ਕਰਾਂਗੇ ਉਹ ਫਿਰ ਨਾਜ਼ਰੀਨ ਨਾਲ ਗੱਲ ਕਰਦੇ ਹਾਂ ਅਸਲਾਮ ਅਲੈਕੁਮ ਭਾਅ ਜੀ ਕੀ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਆਸ਼ਕ ਅਲੀ ਆਸ਼ਕ ਅਲੀ ਤੁਹਾਡੇ ਕੀ ਲੱਗਦੇ ਸੀ ਮੁਹੰਮਦ ਸਦੀਕ ਜਿਹੜੇ ਸੁਰਜੀਤ ਸਿੰਘ ਸੀ ਸਾਡੇ ਤਾਇਆ ਜੀ ਸੀ ਤਾਇਆ ਜੀ ਤੁਹਾਡੇ ਅੱਛਾ ਅੱਛਾ ਠੀਕ ਠੀਕ ਅਤੇ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਮੁਹੰਮਦ ਅਸ਼ਰਫ ਅੱਛਾ ਮੁਹੰਮਦ ਅਸ਼ਰਫ ਮੁਹੰਮਦ ਸਦੀਕ ਸੀਗੇ ਜਦੋਂ ਆਏ ਆ ਉਧਰੋਂ ਇੰਡੀਆ ਦੇ ਵਿੱਚੋਂ ਉੱਥੇ ਮੌਜੂਦ ਸੀਗੇ ਜਿਹੜੀ ਇਹਨਾਂ ਦੀ ਵਾਲਦਾ ਵਾ ਥੋੜ੍ਹੀ ਕੁ ਉਹਨਾਂ ਦੀ ਕਫੀਅਤ ਦੱਸਣਾ ਕਿ ਜਦੋਂ ਉਹ ਵਿਛੜ ਗਿਆ ਸੀ ਉਦੋਂ ਕੀ ਕੰਜ ਕੰਜੀ ਦੀ ਕਫੀਅਤ ਸੀ ਯਾਦ ਕਰਦੀ ਸੀ ਕਫੀਅਤ ਯਾਦ ਹਰ ਟਾਈਮ ਰੋਂਦੀ ਰਹਿੰਦੀ ਅੱਛਾ ਅੱਖਾਂ ਤੋਂ ਮਥਾਜ ਹੋ ਗਈ ਅੱਛਾ ਇਹੀ ਹਾਲ ਉਹਦਾ ਰਿਹਾ ਵੀ ਉਹਨੂੰ ਯਾਦ ਹੀ ਕਰਦੀ ਰਹੀ ਬੱਚੇ ਨੂੰ ਹਾਂਜੀ
ਬਸ ਉਹ ਇਧਰ ਵਾਲਿਆਂ ਨੂੰ ਭੁੱਲੀ ਫਿਰਦੀ ਸੀ ਮੇਰਾ ਵੀ ਉਹਨੂੰ ਬੁਲਾਉਂਦੀ ਨਹੀਂ ਸੀ। ਅੱਛਾ ਜਦੋਂ ਉਹ ਤੁਹਾਡੀ ਵਾਲਦਾ ਆਈ ਆ ਉਹ ਕਿੰਨੇ ਜਾਣੇ ਆ ਗਏ ਕਿੰਨੇ ਜਾਣੇ ਰਹਿ ਗਏ ਸੀ ਕੋਈ ਯਾਦ ਸੀ? ਬਾਕੀ ਇੱਥੇ ਕੀ ਹੋਇਆ ਸੀ? ਸਾਡੀ ਵਾਲਦਾ ਜਿਹੜੀ ਹੈ ਨਾ ਜਦੋਂ ਮਤਲਬ ਇੱਧਰ ਆ ਗਿਆ ਨੇ ਇੱਕ ਦੇ ਫੁੱਫੀ ਮੇਰੀ 3.5 ਸਾਲਾਂ ਬਾਅਦ ਲਿਆਂਦੀ ਜਾ। ਅੱਛਾ ਚੀਚਾ ਵਤਨ ਉਹ ਵੀ ਰੋਲੀ ਸੀ। ਉਹ ਵੀ ਰੋਲੀ ਸੀ ਤੇ ਇੱਕ ਫੁੱਫੀ ਸੀ ਮੇਰੀ ਮਤਲਬ ਕਿ ਉਹ ਹਰੇ ਸਾਲ ਬਾਅਦ ਲਿਆਂਦੀ ਸੀ। ਅੱਛਾ ਤੁਹਾਡਾ ਖਾਨਦਾਨ ਸਾਰਾ ਵਿਛੜ ਗਿਆ? ਵਿਛੜ ਗਿਆ ਦੋ ਤੇ ਵੱਡਾ ਟੁੱਕੀ ਜੀ ਹੁਣ ਡਈ ਸੀ ਆਪੋ ਆਪਣੀ ਪਈ ਸੀ ਜਿੱਧਰ ਨੂੰ ਆਇਆ ਉਧਰ ਵੀ ਸਾਰੇ ਲੱਭੇ ਨੇ ਸਾਰੇ। ਹਾਂਜੀ ਸਾਰੇ ਲੱਭੇ ਸਾਡੇ ਵਿਛੜ ਗਏ ਤੇ ਜੀ ਸੀ ਨਾ ਹਾਂ ਤਕਰੀਬਨ ਇਕੱਠੇ ਹੁੰਦਿਆਂ ਹੁੰਦਿਆਂ ਕਮ ਸੋ ਕਮ ਸਾਨੂੰ 7-8 ਸਾਲ ਲੱਗ ਗਿਆ ਸੀ ਤੇ ਤਾਇਆ ਜਿਹੜਾ ਸਾਡਾ ਇਹ ਸਾਨੂੰ ਮਤਲਬ ਕਿ 32-33 ਸਾਲਾਂ ਬਾਅਦ ਜਾ ਕੇ ਪਤਾ ਲੱਗਾ ਵੀ ਫਲਾਣੇ ਬੰਦੇ। ਅੱਛਾ ਉੱਥੇ ਜੀਂਦਾ ਵਾ? ਹਾਂ ਉੱਥੇ ਜੀਂਦਾ। ਅੱਛਾ ਮਾਂ ਨੂੰ ਥੋੜੀ ਕਿ ਇਹ ਹੈਗੀ ਸੀ ਕਿ ਮੇਰਾ ਪੁੱਤਰ ਜੀਂਦਾ ਉਹਨੂੰ ਕੋਈ ਖਾਬ ਚ ਆਉਂਦਾ ਹੋਵੇ ਜਾਂ ਹਾਂ ਤਸੱਲੀ ਦਿੰਦੀ ਸੀ ਤਸੱਲੀ ਦਿੰਦੀ ਸੀ ਮਾਂ ਦੀ ਹੁੰਦੀ ਸੀ ਕਿ ਮੇਰਾ ਪੁੱਤਰ ਜੀਂਦਾ ਪੁੱਤਰ। ਅੱਛਾ ਬਜ਼ੁਰਗੋ ਇੱਕ ਮਾਂ ਦੀ ਉਹ ਕਿੰਨਾ ਕੁ ਹੌਸਲਾ ਹੋਊ ਉਸ ਮਾਂ ਦੇ ਅੰਦਰ ਕਿ ਜਿਹਨੇ ਐਡਾ ਦੁੱਖ ਬਰਦਾਸ਼ਤ ਕੀਤਾ ਆਪਣਾ ਪੁੱਤ ਵਿਛੜਿਆ ਉਹਦਾ ਕਿੰਨਾ ਮਾਂ ਦਾ ਹੌਸਲਾ ਤੁਸੀਂ ਪੁੱਤਰ ਦਾ ਕਿੰਨਾ ਹੌਸਲਾ ਕਿ ਮਾਂ ਤੋਂ ਬਗੈਰ 35 ਸਾਲ ਬਾਅਦ ਆਏ ਆ 35 ਸਾਲ। ਅੱਛਾ ਦੋਸਤੋ ਇਹਨਾਂ ਖਾਨਦਾਨਾਂ ਦੀਆਂ ਬੜੀਆਂ ਕੁਰਬਾਨੀਆਂ ਵਾ ਪਾਕਿਸਤਾਨ ਜਿਹੜਾ ਬਣਿਆ ਵਾ ਇਸ ਫੈਮਿਲੀ ਦੀ ਬੜੀ ਕੁਰਬਾਨੀ ਉਹਦੇ ਵਿੱਚ ਇਕੱਲੇ ਸੁਰਜੀਤ ਸਿੰਘ ਮੁਹੰਮਦ ਸਦੀਕ ਦੀ ਨਹੀਂ ਗੱਲ ਕਰ ਰਹੇ ਇਹਨਾਂ ਦੇ ਖਾਨਦਾਨ ਦੇ ਕਾਫੀ ਲੋਕ ਰਹਿ ਗਏ ਸੀ ਕੁਛ ਮਾਰੇ ਗਏ ਉਸ ਹਮਲੇ ਦੇ ਵਿੱਚ ਉਸ ਜੱਥੇ ਦੇ ਵਿੱਚ ਬੀਬੀ ਮਿਲੇ ਕਿੰਨੀ ਕੁ ਖੁਸ਼ੀ ਹੋਈ ਤੁਹਾਨੂੰ? ਬੇਅੰਤਹਾ। ਅੱਛਾ ਅਸੀਂ ਢੋਲਾਂ ਦੇ ਨਾਲ ਖੁਸ਼ੀਆਂ ਕੀਤੀਆਂ ਜਿੱਥੇ ਜਿੱਥੇ ਬੁਲਾਈ ਕੀਤੀ ਭੈਣਾਂ ਵੀ ਇੰਨੀਆਂ ਖੁਸ਼ ਹੋਈਆਂ ਵੀ ਹਰ ਪਾਸੇ ਜਿੱਥੇ ਜਿੱਥੇ ਜਾਂਦੇ ਰਹੇ ਖੁਸ਼ੀ ਨਾਲ ਹੀ ਮੈਂ ਇੰਨੀ ਦੇਰ ਬਾਅਦ ਨਾਲ ਹੀ ਗੁੱਲੂ ਵੀ ਹੁੰਦਾ ਸੀ। ਅੱਛਾ ਅੱਛਾ ਹਾਂਜੀ ਗੁੱਲੂ ਜਿਹੜਾ ਹੈ ਨਾ ਮੇਰਾ ਜਿਹੜਾ ਵੱਡਾ ਬੇਟਾ ਹੈ ਨਾ ਪਲੇਠੀ ਦਾ ਉਹਨੂੰ ਮੋਢਿਆਂ ਤੇ ਚੁੱਕ ਕੇ ਫਿਰਦਾ ਹੁੰਦਾ ਸੀ ਗੁੱਲੂ ਜਿਹੜਾ। ਹਾਂਜੀ ਵਾਹ ਜੀ ਵਾਹ ਕੀ ਬਾਤ ਆ ਫਿਰ ਉਹਦੇ ਨਾਲ ਬਹੁਤਾ ਪਿਆਰ ਕਰਦਾ ਸੀ ਮੇਰੇ ਬੱਚੇ ਦਾ ਵੱਡੇ ਨਾਲ। ਅੱਛਾ 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 ਗੁੱਲੂ ਦਾ ਗੁੱਲੂ ਦੀ ਫੈਮਿਲੀ ਦਾ ਵੀ ਬੜੀ ਗੱਲ ਵਾ ਉਹਨਾਂ ਨੇ ਉਹਨੂੰ ਪਾਲਿਆ ਵੀ ਤੁਹਾਡੇ ਤੱਕ ਪਹੁੰਚਾਇਆ ਵੀ ਉਹਨੂੰ ਇਹ ਅਸੀਂ ਸਲਾਮ ਕਰਦੇ ਹਾਂ ਕਿ ਉਸ ਗੁੱਲੂ ਦੀ ਫੈਮਿਲੀ ਨੇ ਤੁਹਾਡੇ ਤੱਕ ਉਹਨਾਂ ਨੂੰ ਪਹੁੰਚਾਇਆ। ਹਾਂਜੀ ਹਾਂਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਸਹੀ ਗੱਲ ਹੈ ਬਜ਼ੁਰਗੋ ਜਿਹੜੀ ਤੁਹਾਡੀ ਇਹਨਾਂ ਦੀ ਵਾਲਦਾ ਸੀਗੀ ਉਹ ਮਿਲੇ ਆ ਉਦੋਂ ਕੀ ਤਾਸਰਾਤ ਹੋਏ ਆ ਜਦੋਂ ਬਾਹਰ ਨਿਕਲੇ ਜਦੋਂ ਘਰ ਆਏ ਘਰੇ ਸੀ ਵਾਲਦਾ? ਰਾਤ ਨੂੰ ਤਕਰੀਬਨ 8-9 ਦਾ ਟਾਈਮ ਸੀ। ਅੱਛਾ ਜਦੋਂ ਆਏ ਨੇ ਆਣ ਕੇ ਬੂਹਾ ਖੜਕਾਇਆ ਬਾਹਰ ਲਾ। ਅੱਛਾ ਤੇ ਆਏ ਆ ਤੇ ਦਾਦੀ ਸਾਡੀ ਆਂਦੀ ਕਿ ਮੇਰਾ ਪੁੱਤ ਆ ਗਿਆ। ਅੱਛਾ ਉਹਨੇ ਪਹਿਲੇ ਕਹਿਤਾ? ਉਹਨੇ ਕਹਿਤਾ ਜਦ ਬੂਹਾ ਖੜਕੇ ਆਂਦੀ ਵੀ ਮੇਰਾ ਪੁੱਤ ਆ ਗਿਆ। ਹਾਂ ਹਾਂ ਅੱਖਾਂ ਤੋਂ ਮਥਾਏ ਸੀ ਅਸੀਂ ਆਖਿਆ ਬੇਬੇ ਪਛਾਣ ਹਾਂ ਭਲਾ ਤੇਰਾ ਪੁੱਤ ਹੈਗਾ ਕਿਹੜਾ? ਹਾਂ ਹਾਂ ਦੋ ਜਣੇ ਜੀ ਉਹਨੇ ਬੇਬੇ ਭਲਾ ਕਿਹੜਾ ਤੇਰਾ ਪੁੱਤ? ਹਾਂ ਹਾਂ ਉਹਨੇ ਮਤਲਬ ਦੋਵੇਂ ਜਣੇ ਗੁੱਲੂ ਵੀ ਬੈਠਾ ਸੀ ਤੇ ਉਹ ਵੀ ਬੇਬੇ ਸਾਡੀ ਨੇ ਅੱਖਾਂ ਤੋਂ ਮਥਾਏ ਸੀ ਤੇ ਉਹਦੇ ਮੋਢੇ ਸਿਰ ਤੇ ਹੱਥ ਰੱਖਿਆ ਕਿਹਾ ਮੇਰਾ ਪੁੱਤਰ? ਹਾਂ ਮੇਰਾ। ਅੱਛਾ ਵੇਲੇ ਖੂਨ ਦੀ ਖਿੱਚ ਸੀ ਇੱਕ ਮੇਲ ਕੇ ਜੱਫੀ ਪਾ ਕੇ ਉਹਨੇ ਮੈਂ ਅੱਗੇ ਜੱਫੀ ਪਾਈ ਕੇ ਕਿ ਆ ਮੇਰਾ ਪੁੱਤਰ ਆ ਸਦੀਕ। ਵਾਹ ਜੀ ਵਾਹ ਦੇਖੋ ਇੱਕ ਮਾਂ 35 ਸਾਲ ਬਾਅਦ ਆਪਣੇ ਫਿਰ ਉਹਨੇ ਇੱਕ ਨੂੰ ਨਹੀਂ ਕਿਹਾ। ਹਾਂ ਹਾਂਜੀ ਉਹਨੇ ਕਿਹਾ ਹੁਣ ਮੇਰੇ ਦੋਵੇਂ ਪੁੱਤਰ ਨੇ। ਅੱਛਾ ਗੁੱਲੂ ਵੀ ਪੁੱਤ ਵਾ? ਗੁੱਲੂ। ਵਾਹ ਜੀ ਵਾਹ ਗੁੱਲੂ ਵੇਲੋ ਲੈ ਕੇ ਆਇਆ ਸੀ। ਹਾਂਜੀ ਪੁੱਤਾਂ ਨਾਲੋਂ ਵੱਧ ਮੇਰਾ ਉਹਦੀ ਕਿਸਮਤ ਕੀਤੀ ਆ ਹਰ ਥਾਂ ਤੇ ਜਿੱਥੇ ਵੀ ਸਾਡੇ ਸਾਰੇ ਨੇ ਇੰਨੀ ਕੁਝ ਕੀਤੀ ਢੋਲਾਂ ਦੇ ਨਾਲ। ਅੱਛਾ ਇਹ ਮੁਹੰਮਦ ਸਦੀਕ ਇੰਨੀਆਂ ਖੁਸ਼ੀਆਂ ਕੀਤੀਆਂ ਤੇ ਮੁਹੰਮਦ ਸਦੀਕ ਕਿੰਨੀ ਦੇਰ ਜਿੰਦਾ ਰਹੇ ਬਾਅਦ ਚੋਂ? ਤਕਰੀਬਨ ਹੁਣ ਮੇਰਾ ਖਿਆਲ 15 ਸਾਲ ਤੇ ਹੋ ਗਿਆ। ਅੱਛਾ ਅੱਛਾ ਹਾਂ ਇੰਨੇ ਸਾਲ। ਕੀ ਹੋਇਆ ਕਿ ਬਿਮਾਰ ਹੋਏ ਸੀ? ਬਿਮਾਰ ਹੋਏ ਸੀ ਬਸ ਬੜੀਆਂ ਮਿਹਨਤਾਂ ਕੀਤੀਆਂ ਸੀ ਠੀਕ ਠਾਕ ਸੀ ਨੰਬਰ 9 ਸੀ ਪਤਾ ਨਹੀਂ ਉਹ ਅੱਛਾ ਕਿਵੇਂ ਹੋ ਗਿਆ ਕਿਵੇਂ ਨਹੀਂ ਕੋਈ ਕੁਦਰਤ ਵਾਲਾ ਹੀ ਜਾਣਦਾ। ਅੱਛਾ ਤੁਸੀਂ ਦੱਸੋ ਜਦੋਂ ਆ ਗਏ ਇੱਥੇ ਤੁਹਾਡੇ ਨਾਲ ਕੀ ਕੰਮ ਕਾਰ ਕਰਦੇ ਰਹੇ? ਸਾਡੇ ਨਾਲ ਕੰਮ ਕਾਰ ਜੇ ਅਸੀਂ ਦਿਹਾੜੀ ਤੇ ਵੀ ਜਾਂਦੇ ਰਹੇ ਤਾਇਆ ਭਤੀਜਾ ਫਿਰੋਜ਼ ਵਟੂ। ਅੱਛਾ
ਹਰ ਕਿਸਮ ਦੀ ਮਜ਼ਦੂਰੀ ਕੀਤੀ ਹੈ, ਭੱਠੇ ਤੇ ਇੱਟਾਂ ਵੀ ਅਸੀਂ ਦੋਵੇਂ ਤਾਂ ਆਪ ਦੀ ਜਾ ਪਾਉਂਦੇ ਰਹੇ। ਇਹ ਜਿਹੜਾ ਆਪਣਾ ਮੁਹੰਮਦ ਸਦੀਕ ਸੀ, ਸੁਰਜੀਤ ਸਿੰਘ, ਹਾਂਜੀ ਹਾਂਜੀ। ਅੱਛਾ, ਵੇਖ ਲਓ ਉੱਥੇ ਕਿੱਡੇ ਵੱਡੇ ਖਾਨਦਾਨ ਚੋਂ ਆ ਕੇ ਇੱਥੇ ਦਿਹਾੜੀਆਂ ਕਰਦੇ ਆ, ਦਿਹਾੜੀਆਂ ਇੱਥੇ ਮਜ਼ਦੂਰੀ ਕਰਦਾ ਰਿਹਾ, ਭੱਠੇ ਤੇ ਇੱਟਾਂ ਵੀ ਪਾਉਂਦਾ ਰਿਹਾ, ਇੱਟਾਂ ਵੀ ਪਾਉਂਦਾ ਰਿਹਾ, ਸਬਜ਼ੀ ਵੀ ਦਿਹਾੜੀਦਾ ਰਿਹਾ, ਸ਼ਾਹ ਕੋਟ ਦੇ ਵਿੱਚ ਬੈਠੇ ਉਹ ਹਰਿਆਣਾ ਵਾਲਾ, ਹਾਂਜੀ ਹਰਿਆਣਾ ਵਾਲੇ ਤੱਕ ਵੀ ਅਸੀਂ ਕੰਮ ਕਰਦੇ ਆ। ਸਬਜ਼ੀ ਵੀ ਵੇਚਦਾ ਰਿਹਾ ਸ਼ਾਹ, ਸ਼ਾਹ ਕੋਟ ਕਿੱਥੇ ਦੁਕਾਨ ਸੀ ਉਹਨਾਂ ਦੀ ਸਬਜ਼ੀ ਦੀ? ਇਹ ਚੌਰ ਦੀ ਦਾਤ ਨਹੀਂ ਸੀ, ਹਾਂ ਹਾਂ ਚੌਰੀ ਦਾ ਇੰਸਪੈਕਟਰ। ਅੱਛਾ, ਇਹਦੀ ਦੁਕਾਨ ਦੇ ਸਾਹਮਣੇ ਬੈਠੇ ਆ। ਨਹੀਂ, ਕਿਹੜੇ ਬਾਜ਼ਾਰ ਚ ਹਦਾਇਤ ਚੌਰੀ ਹਦਾਇਤ ਦੀ ਦੁਕਾਨ? ਵੱਡੇ ਬਾਜ਼ਾਰ ਚ, ਜਿਹੜਾ ਵੱਡਾ ਬਾਜ਼ਾਰ, ਮਾਨ ਵਾਲਾ ਬਾਜ਼ਾਰ ਜਿਹਨੂੰ ਕਹਿੰਦੇ। ਅੱਛਾ, ਉੱਥੇ ਸਬਜ਼ੀ ਦੀ ਦੁਕਾਨ ਵੀ ਰਹੀ ਉਹਨਾਂ? ਹਾਂਜੀ, ਦੁਕਾਨ ਤੇ ਰਹਿੰਦਾ ਰਿਹਾ। ਅੱਛਾ, ਤੁਸੀਂ ਆਪਣੇ ਖਾਨ, ਤੁਹਾਡੇ ਤਾਏ ਨੂੰ ਜਿਹਨੇ ਆਪਣਾ ਦੀਨ ਦੀ ਖਾਤਰ, ਇਸ ਮੁਲਕ ਦੀ ਖਾਤਰ ਐਡੀ ਜਾਇਦਾਦ ਨੂੰ ਠੋਕਰ ਮਾਰ ਦਿੱਤੀ, ਮੁੜ ਕੇ ਫਿਰ ਕਲਮਾ ਪੜਿਆ, ਮੁਸਲਮਾਨ ਹੋਇਆ, ਉਹਨੇ ਦੌਲਤ ਨਹੀਂ ਵੇਖੀ, ਆਪਣੀ ਮਾਂ ਨੂੰ ਵੇਖਿਆ, ਤੁਸੀਂ ਕੀ ਪ੍ਰਾਊਡ ਮਹਿਸੂਸ ਕਰਦੇ, ਫਖਰ ਮਹਿਸੂਸ ਕਰਦੇ ਕਿ ਸਾਡੇ ਖਾਨਦਾਨ ਦਾ ਇੱਕ ਅਜ਼ੀਮ ਇਨਸਾਨ? ਖੁਸ਼ੀ ਹੁੰਦੀ ਆ? ਬੜੀ ਖੁਸ਼ੀ ਜੀ, ਮਤਲਬ ਉਹਨੇ ਉੱਥੇ ਚੌਧਰ ਕਰਦਾ ਸੀ, ਚੌਧਰ ਕਰਦਾ ਸੀ, ਇੱਥੇ ਆਣ ਕੇ ਮਜ਼ਦੂਰੀ ਕਰਦਾ ਰਿਹਾ, ਮਜ਼ਦੂਰੀ ਕਰਦਾ ਰਿਹਾ, ਦੇਖ ਲਓ ਹਰ ਦੌਲਤ ਨੂੰ ਠੋਕਰ ਮਾਰੀ ਉਹਨੇ ਆਪਣੀ ਮਾਂ ਨੂੰ। ਆਹੋ, ਵੀ ਮੈਂ ਆਪਣੇ ਭੈਣਾਂ ਭਰਾਵਾਂ ਚ, ਆਪਣੇ ਮਾਈ ਬਾਪ ਚ, ਆਪਣੇ ਮੈਂ ਵਾਪਸ ਨਹੀਂ ਜਾ। ਅੱਛਾ, ਉਹ ਜਿਹੜੇ ਮੁਹੰਮਦ ਸਦੀਕ ਸੀ, ਉਹਨਾਂ ਨੂੰ ਯਾਦ ਹੁੰਦੀ ਸੀ ਮਾਂ ਦੀ? ਦੱਸਦੇ ਸੀ ਕਿ ਮੈਂ ਉਦੋਂ ਜਦੋਂ ਉੱਥੇ ਰਹਿਣਾ ਸੀ, ਮੈਨੂੰ ਕਦੀ ਯਾਦ ਆਈ ਮਾਂ? ਯਾਦ ਬਥੇਰਾ ਯਾਦ, ਜਦੋਂ ਯਾਦ ਆਉਣਾ। ਦੇਖੋ ਦੋਸਤੋ, ਪਾਕਿਸਤਾਨ ਬਣਾਉਣ 'ਚ, ਇਸ ਮੁਲਕ ਨੂੰ ਹਾਸਲ ਕਰਨ 'ਚ ਇਹਨਾਂ ਖਾਨਦਾਨਾਂ ਦੀਆਂ ਕਿੱਡੀਆਂ ਕੁਰਬਾਨੀਆਂ ਵਾ। ਇਹ ਮੁਲਕ ਐਵੇਂ ਨਹੀਂ ਲੱਭਿਆ, ਇਹਦੇ ਪਿੱਛੇ ਬੜੇ ਦੁੱਖ ਨੇ, ਬੜੀਆਂ ਤਕਲੀਫਾਂ ਨੇ। ਅੱਛਾ, ਜਿਹੜੀ ਫਿਲਮ ਬਣੀ ਆ ਸਰਦਾਰ ਮੁਹੰਮਦ, ਉਹਦੇ ਬਾਰੇ ਪਤਾ ਸੀ ਜਦੋਂ ਮੇਰੇ ਮਿਲਣ ਤੋਂ ਪਹਿਲਾਂ ਤੁਹਾਨੂੰ? ਨਹੀਂ, ਸਾਨੂੰ ਕੋਈ ਇਲਮ ਨਹੀਂ, ਕੋਈ ਪਤਾ ਨਹੀਂ ਵੀ ਫਿਲਮ ਬਣੀ ਹੈ। ਅਸੀਂ ਤਾਂ ਸਿਰਫ ਅਖਬਾਰ ਕਢਵਾਈ ਸੀ ਆਲ ਪਾਕਿਸਤਾਨ ਦੇ ਵਿੱਚ, ਇਸ ਲਈ ਕਿ ਦਾਦੀ ਸਾਡੀ ਜਿਹੜੀ ਅੱਖਾਂ ਤੋਂ ਰੋ ਰੋ ਕੇ ਮਤਲਬ ਮਥਾਜ ਹੋ ਗਈ ਸੀ, ਤੇ ਵਾਲਦ ਸਾਹਿਬ ਸਾਡੇ ਦਰਵੇਸ਼ੀ ਲੈ ਆਏ ਸੀ। ਉਹਨਾਂ ਨੇ ਕਦੀ ਮਹੀਨਾ ਘਰ ਹੋਣਾ, ਇੱਕ ਦਿਨ ਮਹੀਨੇ ਚ ਘਰ ਆਉਣਾ, ਤੇ ਦੋ ਦਿਨ ਅਖਬਾਰ ਦਿੱਤੀ ਜਦੋਂ ਵੀ ਆ ਗਿਆ ਇੱਧਰ ਪਾਕਿਸਤਾਨ। ਅੱਛਾ, ਅਖਬਾਰ ਕਢਵਾ ਕੇ ਤੇ ਆਲ ਪਾਕਿਸਤਾਨ ਚ ਅਖਬਾਰ, ਮਨਜ਼ੂਰੀ ਨਹੀਂ ਸੀ ਨਾ ਹੁੰਦੀ ਉਹਦੇ ਰਹਿਣ ਦੀ, ਇਸ ਹੁੰਦੀ ਉਹਦੇ ਸੀ ਵੀ ਉਧਰ ਦਾ ਹੋ ਚੁੱਕਾ, ਇੱਧਰ ਰਹਿ ਨਹੀਂ ਸਕਦਾ। ਅੱਛਾ ਅੱਛਾ ਅੱਛਾ, ਉਦੋਂ ਸਦਰ ਜਾਵਲ ਹੱਕ ਦੀ ਹਕੂਮਤ, ਹਾਂਜੀ ਉੱਥੇ ਉਹਦੇ ਟਾਈਮ ਵੀ ਪਹੁੰਚੇ, ਉਹਦੇ ਤੱਕ ਵੀ ਅਸੀਂ ਇਸਲਾਮਾਬਾਦ, ਹਾਂਜੀ ਇਸਲਾਮਾਬਾਦ। ਬੇਟੀ ਨੇ ਤੁਹਾਡੀ ਤਕਲੀਫ ਨੂੰ ਮਹਿਸੂਸ ਕੀਤਾ ਕਿ ਅੱਗੇ ਵੀ ਇਸ ਖਾਨਦਾਨ ਨੇ ਬੜੇ ਜ਼ਖਮ ਔਰ ਦੁੱਖ ਚਾਹੇ ਆ? ਇੱਕ ਮਾਂ ਨੂੰ 35 ਸਾਲ ਬਾਅਦ ਆਪਣਾ ਬੱਚਾ ਮਿਲਿਆ। ਅੱਛਾ, ਕਿੰਨੀ ਉਮਰ ਸੀ ਤੁਹਾਡੀ ਦਾਦੀ, ਦੱਸਦੀ ਕਿੰਨੀ ਉਮਰ ਸੀ ਜਦੋਂ ਵਿਛੜੇ ਸੀ? ਆਪਣੀ ਦਾਦੀ ਕੋਲ ਸੁਣੀਆਂ ਹੋ ਤੁਸੀਂ ਉਹਨਾਂ ਦੇ ਬਾਰੇ ਚ? ਉਹਨਾਂ ਦੇ ਬਾਰੇ ਸੁਣਨਾ ਕੀ ਸੀ, ਬਸ ਉਹ ਆਪਣੀ ਉਹਨੂੰ ਪਈ ਹੁੰਦੀ, ਪੁੱਤ ਉਧਰ ਰਹਿ ਗਿਆ। ਅੱਛਾ, ਜਿਹੜੀ ਤੁਹਾਡੀ ਦਾਦੀ ਆ, ਰੋ ਰੋ ਕੇ ਉਹਦੀ ਯਾਦ ਚ ਨਵੀਨਾ ਹੋ ਗਏ ਸੀ, ਰੋ ਰੋ ਕੇ? ਅੱਛਾ, ਉਹਨਾਂ ਤੋਂ ਇਲਾਵਾ ਇੱਕ ਬੇਟਾ, ਬਾਕੀ ਬੇਟੇ ਇੱਥੇ ਪੈਦਾ ਹੋਏ ਕਿ ਉਹ ਇਹੀ ਇੱਕ ਹੀ ਬੇਟਾ ਉੱਧਰ ਰਹਿ ਗਿਆ ਇੱਕੋ ਹੀ? ਨਹੀਂ, ਇੱਧਰ ਹੁਣ ਕਿ ਸਾਡੇ ਵਾਲਦ ਸਾਹਿਬ ਪਾਕਿਸਤਾਨ ਬਣਨ ਤੋਂ 7 ਸਾਲ ਬਾਅਦ। ਅੱਛਾ ਅੱਛਾ ਅੱਛਾ, ਚਲੋ ਤੁਹਾਡਾ ਜਿਹੜਾ ਤੁਹਾਡਾ ਤਾਇਆ ਸੀ, ਇੱਕੋ ਹੀ ਬੇਟਾ ਸੀ ਜਿਹੜਾ ਉੱਥੇ ਰਹਿ ਗਿਆ, ਤੇ ਬਾਕੀ ਜਾਂ ਧੀਆਂ ਸੀ? ਧੀਆਂ ਸੀ, ਹਾਂਜੀ। ਉਹ ਜਿਹੜੀਆਂ ਧੀਆਂ ਦੀ ਗੱਲ ਕੀਤੀ ਆ ਬਈ, ਮਾਈ ਮੁਰਾਦਾ ਕਹਿੰਦੇ ਸੀ, ਦਾਦੀ ਸੀ ਤੁਹਾਡੀ? ਠੀਕ ਚਲੋ ਜੀ, ਆਪਣਾ ਮੁਹੰਮਦ ਸਦੀਕ ਜਿਹੜੇ ਕਿ ਸੁਰਜੀਤ ਸਿੰਘ ਸੀਗੇ, ਉਹਨਾਂ ਦੇ ਬੇਟੇ ਕੋਲ ਖੜ੍ਹੇ ਹਾਂ, ਅਤੇ ਉਹ ਸਾਨੂੰ ਲੈ ਕੇ ਆਏ ਨੇ ਕਬਰਸਤਾਨ। ਇਹ ਨਾਜ਼ਰੀ ਨੇ ਕਬਰਸਤਾਨ ਹੈਗਾ ਸ਼ਾਹਕੋਟ, ਜਿਹੜਾ ਕਿ ਤਹਿਸੀਲ ਸ਼ਾਹਕੋਟ ਹੈ, ਡਿਸਟ੍ਰਿਕਟ ਨਨਕਾਣਾ ਸਾਹਿਬ, ਅਤੇ ਨਨਕਾਣਾ ਰੋਡ 'ਤੇ ਕਬਰਸਤਾਨ ਜਿੱਥੇ ਸੁਰਜੀਤ ਸਿੰਘ ਜਿਹੜੇ ਕਿ ਮੁਹੰਮਦ ਸਦੀਕ ਸਾਹਿਬ ਸੀ, ਉਹਨਾਂ ਦੀ ਕਬਰ, ਉਹਨਾਂ ਦਾ ਬੇਟਾ ਸਾਡੇ ਨਾਲ। ਅਸਲਾਮ ਵਾਲੇਕਮ।
ਕੀ ਨਾਮ ਕਿ ਆਪਣਾ ਜੀ? ਸ਼ਫਾਕਤ ਅਲੀ। ਸ਼ਫਾਕਤ ਅਲੀ। ਅੱਛਾ ਤੁਸੀਂ ਆਪਣੇ ਵਾਲਦ ਸਾਹਿਬ ਦੀ ਅੱਜ ਕਬਰ ਦਿਖਾਓ ਜਿਨ੍ਹਾਂ ਨੇ 35 ਸਾਲ ਸਰਦਾਰ ਹੈ ਮੁੜ ਕੇ ਆਪਣਾ ਹਰ ਚੀਜ਼ ਨੂੰ ਠੋਕਰ ਮਾਰ ਕੇ ਪਾਕਿਸਤਾਨ ਆਏ ਸੀ ਆਪਣੀ ਮਾਂ ਦੀ ਖਾਤਰ। ਆਓ ਸਾਡੇ ਨਾਲ। ਚਲੋ ਦੋਸਤੋ ਅਸੀਂ ਕਬਰਸਤਾਨ 'ਚ ਇਹ ਕਬਰਸਤਾਨ ਹੈਗਾ ਜੀ ਨਨਕਾਣੇ ਰੋਡ ਦੇ ਬਿਲਕੁਲ ਕਰੀਬ ਆ ਜੀ। ਅੱਡੇ ਵਾਲਾ ਕਬਰਸਤਾਨ ਵੀ ਕਹਿੰਦੇ ਇਹਨੂੰ। ਆਖਰੀ ਰਾਮਗਾਹ ਜੀ ਲੋਕ ਕੱਚੀ ਕਬਰ ਉਹਨਾਂ ਦੀ। ਇਹ ਉਹਨਾਂ ਦੇ ਬੇਟੇ ਆ ਜੀ ਮੁਹੰਮਦ ਸਦੀਕ ਸੁਰਜੀਤ ਸਿੰਘ ਸਾਹਿਬ ਦੇ। ਸਾਨੂੰ ਕਬਰ ਦਿਖਾਉਣਗੇ ਉਹਨਾਂ ਦੀ, ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ। ਕਾਫੀ ਬੜਾ ਕਬਰਸਤਾਨ ਬਈ ਹੈਨਾ। ਆ ਜਾਓ ਜੀ। ਆ ਜਾਓ ਆ ਜਾਓ। ਅੱਛਾ ਇਹ ਕਬਰ ਜੀ। ਅੱਛਾ ਜੀ ਇਹ ਕਬਰ ਇਸ ਮੁਹੰਮਦ ਸਦੀਕ ਤੇ ਉਹ ਸਰਦਾਰਾਂ ਨੇ ਨਾਮ ਰੱਖਿਆ ਜੀ ਸੁਰਜੀਤ ਸਿੰਘ। ਲੋ ਨਾਜ਼ਰੀ ਨੇ ਤੁਸੀਂ ਦੇਖ ਰਹੇ ਆ ਮੁਹੰਮਦ ਸਦੀਕ ਜਿਹਨਾਂ ਦੇ ਉੱਤੇ ਸਰਦਾਰ ਮੁਹੰਮਦ ਫਿਲਮ ਬਣੀ ਸੀ। ਆ ਸ਼ਾਹਕੋਟ 'ਚ ਦਫਨ ਆ ਉਹਨਾਂ ਦੀ ਕਬਰ ਆ ਨਨਕਾਣੇ ਰੋਡ ਦੇ ਉੱਪਰ। ਅਤੇ ਅੱਛਾ ਤੁਹਾਡੇ ਵਾਲਦ ਸਾਹਿਬ ਦੀ ਕਬਰ ਆ। ਲਾਰੀ ਅੱਡੇ ਦੇ ਬਿਲਕੁਲ ਕਰੀਬ ਆ ਉਹਨਾਂ ਦਾ ਬੇਟਾ ਦੁਆ ਕਰ ਰਿਹਾ ਆਪਣੇ ਬਾਪ ਵਾਸਤੇ। ਇਹ ਸੁਰਜੀਤ ਸਿੰਘ ਸੀਗੇ ਮੁਹੰਮਦ ਸਦੀਕ ਜਿਹੜੇ ਪਦੈਸ਼ੀ ਮੁਸਲਮਾਨ ਸੀ। ਅੱਲਾਹ ਤਾਲਾ ਇਹਨਾਂ ਨੂੰ ਕਰਵਟ ਕਰਵਟ ਜੰਨਤ ਦੇਵੇ। ਇਹਨਾਂ ਨੇ ਆਪਣਾ ਮਾਂ ਦੀ ਖਾਤਰ ਸਾਰੀ ਦੌਲਤ ਨੂੰ ਠੁਕਰਾ ਕੇ ਫਿਰ ਦੁਬਾਰਾ ਮੁਸਲਮਾਨ ਧਰਮ ਕਬੂਲ ਕੀਤਾ। ਆਹ ਉਹਨਾਂ ਦੀ ਢੇਰੀ ਹੈ ਅਤੇ ਇਹ ਉਹਨਾਂ ਦੀ ਕਬਰ ਦੇ ਉੱਪਰ ਇੱਕ ਸ਼ਰੀਰ ਦਾ ਦਰਖਤ ਵੀ ਲੱਗਾ ਤੁਹਾਨੂੰ ਦਿਖਾ ਰਹੇ ਹਾਂ ਜੀ। ਇਹ ਦੇਖੋ ਅਤੇ ਉਹਨਾਂ ਦੇ ਬੇਟੇ ਜੀ ਕਬਰ ਦੇ ਉੱਪਰ ਫੁੱਲ ਛਾਵਰ ਕਰ ਰਹੇ ਦੁਆ ਕੀਤੀ ਇਹਨਾਂ ਨੇ। ਅਤੇ ਅੱਲਾਹ ਤਾਲਾ ਸਾਰੇ ਦੋਸਤ ਜਿੰਨੇ ਵੀ ਸੁਣ ਰਹੇ ਆ ਜੀ ਇਹਨਾਂ ਵਾਸਤੇ ਦੁਆਏ ਮਗਫਰਤ ਕਰਨ। ਸੁਰਜੀਤ ਸਿੰਘ ਜਿਹੜੇ ਕਿ ਮੁਹੰਮਦ ਸਦੀਕ ਇਹਨਾਂ ਨੇ ਸਭ ਕੁਝ ਛੱਡ ਕੇ ਪਾਕਿਸਤਾਨ ਆਏ ਔਰ ਇਹਨਾਂ ਦੇ ਉੱਤੇ ਫਿਲਮ ਵੀ ਬਣੀ ਅਤੇ ਕੁਦਰਤ ਖੁਦਾ ਦੀ ਕਿ ਇਹ ਦੇਖ ਲਓ ਸ਼ਾਹਕੋਟ ਦੀ ਧਰਤੀ 'ਤੇ ਆਏ। ਕਿੱਥੋਂ ਚੱਲ ਕੇ ਕਿੱਥੇ ਫਿਰਦੇ ਫਿਰਦੇ ਇਹਨਾਂ ਨੂੰ ਕਿਹੜੀ ਮਿੱਟੀ ਮਿਲੀ ਆ ਕੇ। ਇਹ ਉਹ ਲੋਕ ਨੇ ਜਿਨ੍ਹਾਂ ਨੇ 47 ਵਿੱਚ ਬੜੇ ਦੁੱਖ ਝੱਲੇ ਸੀ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ ਜੀ ਮੁਹੰਮਦ ਸਦੀਕ ਜਿਹਨਾਂ 'ਤੇ ਫਿਲਮ ਬਣੀ ਸੀ ਸਰਦਾਰ ਮੁਹੰਮਦ। ਇਹਨਾਂ ਦਾ ਸਰਦਾਰ ਵਾਲਾ ਨਾਮ ਸੀ ਸੁਰਜੀਤ ਸਿੰਘ ਅਤੇ ਉਹਨਾਂ ਦੇ ਬੇਟੇ ਨਾਲ ਥੋੜ੍ਹੀ ਜੀ ਗੱਲਬਾਤ ਕਰਦੇ ਹਾਂ। ਹਾਂਜੀ ਅੱਛਾ ਤੁਸੀਂ ਹੁਣ ਕਬਰਸਤਾਨ ਆਏ ਆਪਣੇ ਵਾਲਦ ਦੀ ਕਬਰ ਉੱਤੇ ਫਾਤਿਹਾ ਪੜ੍ਹਨ। ਕਿੱਡੇ ਸੀ ਜਦੋਂ ਤੁਹਾਡੇ ਵਾਲਦ ਫੋਤ ਹੋਏ? 12 ਸਾਲ ਦਾ। 12 ਸਾਲ ਦੇ ਸੀ? ਅੱਛਾ ਮਾਸ਼ ਵਾਲਦ ਸਾਹਿਬ ਬਾਰੇ ਦੱਸੋ ਕਿੱਦਾਂ ਦੇ ਇਨਸਾਨ ਸੀ ਕਿੰਨਾ ਤੁਹਾਡਾ ਪਿਆਰ ਕਰਦੇ ਸੀ? ਮਾਸ਼ਾਅੱਲਾ ਬਹੁਤ ਅੱਛੇ ਸੀਗੇ ਜੀ, ਬਹੁਤ ਪਿਆਰ ਕਰਦੇ ਸੀਗੇ। ਅੱਛਾ 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 ਵੇਖ ਲਓ ਜਿੱਥੋਂ ਆਏ ਆ ਇੰਡੀਆ ਦੇ ਵਿੱਚ ਜਿਹਨਾਂ ਦੇ ਘਰ 'ਚੋਂ ਕੀ ਦੱਸਦੇ ਸੀ ਉਹਨਾਂ ਦੇ ਬਾਰੇ 'ਚ? ਕਹਿੰਦੇ ਬਹੁਤ ਸਟਰੋਂਗ ਪਾਲਟੀ, ਬੜੇ ਅੱਛੇ ਖਾਨ, ਜਿਸ ਤਰ੍ਹਾਂ ਆਪ ਹੀ ਘਰ ਦੇ ਵਿੱਚ ਰਹੇ ਦਾ ਇਸੇ ਤਰ੍ਹਾਂ ਸੀ। ਮਾਸ਼ਾਅੱਲਾ ਬਹੁਤ ਕਾਰੋਬਾਰ ਸੀਗਾ ਉਹਨਾਂ ਦਾ। ਅੱਛਾ ਹਾਂਜੀ ਠੀਕ ਹੈ। ਗੁੱਲੂ ਭਾਈ ਦਾ ਵੀ ਬਹੁਤ ਖਾਸ ਜ਼ਿਕਰ ਕਰਦੇ ਹੁੰਦੇ ਸੀ ਜੀ, ਮੇਰਾ ਭਾਈ ਸੀਗਾ ਗੁੱਲੂ ਭਾਈ। ਹਾਂਜੀ ਅੱਛਾ ਅੱਛਾ। ਇਹ ਗੁੱਲੂ ਸਾਹਿਬ ਨੇ ਭੇਜਿਆ ਜੀ ਸਾਨੂੰ, ਉਹਨਾਂ ਨੇ ਕਿਹਾ ਸੀ ਲੱਭੋ ਮੈਨੂੰ 1 ਸਾਲ ਹੋ ਗਿਆ ਵਾ ਤੁਹਾਡੇ ਵਾਲਦ ਸਾਹਿਬ ਨੂੰ ਤਲਾਸ਼ ਕਰਦੇ, ਕਿਉਂਕਿ ਉਸ ਫਿਲਮ ਦੇ ਵਿੱਚ ਇੰਨਾ ਕੁ ਦਿਖਾਇਆ ਕਿ ਸ਼ੇਖੂਪੁਰੇ 'ਚ ਆਏ ਉਹ। ਹਾਂਜੀ। ਅੱਛਾ ਵਾਲਦ ਸਾਹਿਬ ਕਿੰਨੀ ਤੁਹਾਡਾ ਦੱਸੇ ਕਿੰਨਾ ਅਰਸਾ ਰਹੇ ਸੀ ਉੱਥੇ ਇੰਡੀਆ 'ਚ ਸਰਦਾਰਾਂ ਕੋਲ? 35 ਸਾਲ ਰਹੇ ਨੇ। 35 ਸਾਲ ਰਹੇ? ਕੋਈ ਦੱਸਦੇ ਕਿ ਪਾਕਿਸਤਾਨ ਦੀ ਕੋਈ ਚਿੱਤ ਖਬਰ ਹੈ ਸੀ ਇਹਨਾਂ ਨੂੰ? ਬਸ ਜੀ ਗੁਜਰਤ ਵਾਲੇ ਦੇ ਕੰਮ ਨੇ ਆ ਗਏ ਨੇ। ਅੱਛਾ ਜਦੋਂ ਆਏ ਸੀ ਤੁਹਾਡੇ ਵੱਡੇ ਦੱਸਦੇ ਕਿ ਇਹਨਾਂ ਨੇ
ਪੂਰੇ ਸਰਦਾਰ ਸੀਗੇ ਉੱਪਰ ਪਗੜੀ ਸੀਗੀ ਹਾਂਜੀ ਬਿਲਕੁਲ ਪੂਰਾ ਲਿਬਾਸ ਸੀਗਾ ਇਹਨਾਂ ਸਿੱਖਾਂ ਲਾ ਕੇ ਉੱਥੇ ਗੁੱਲੂ ਦੇ ਹੁੰਦੇ ਹੀ ਇਹਨਾਂ ਦੀ ਕਟਿੰਗ ਛਟਿੰਗ ਦੱਸਦੇ ਕਹਿੰਦੇ ਜਦੋਂ ਕਿਰਾਏ ਤੇ ਗੁੱਲੂ ਬਾਈ ਬੜੇ ਰਹਿੰਦੇ ਸੀਗੇ ਅੱਛਾ ਚਾਚੀ ਗੁੱਲੂ ਵੀ ਇਹ ਮੇਰੇ ਹੁੰਦੇ ਹੀ ਮੇਰੀ ਧੌਣ ਲਾ ਦਿੱਤੀ ਇਹਨਾਂ ਨੇ ਅੱਛਾ ਸਹੀ ਲੇਕਿਨ ਵੇਖੋ ਨਾ ਆਪਣਾ ਇਸਲਾਮ ਧਰਮ ਚ ਦੁਬਾਰਾ ਕਿਉਂਕਿ ਪੈਦਾਸ਼ੀ ਮੁਸਲਮਾਨ ਹੀ ਸੀ ਹਾਂਜੀ ਬਿਲਕੁਲ ਅੱਛਾ ਤੁਹਾਡੀ ਮਾਂ ਜਿਹੜੀ ਸੀ ਉਹ ਕਹਿੰਦੇ ਜਿਹੜੀ ਤੁਹਾਡੀ ਦਾਦੀ ਸੀ ਜਿਹੜੀ ਹਾਂਜੀ ਉਹ ਬੜੀ ਕਹਿੰਦੇ ਰੋਂਦੀ ਰਹੀ ਸੀ ਜ਼ੋਰ ਹੋ ਕੇ ਅੱਖਾਂ ਉਹਨਾਂ ਦੀਆਂ ਜਿਹੜੀਆਂ ਨਵੀਨੀ ਹੋ ਗਿਆ ਸੀ ਨਹੀਂ ਨਜ਼ਰ ਆਉਂਦਾ ਹੈਗਾ ਮੈਂ ਇੰਨਾ ਯਾਦ ਕਰਦੀ ਸੀ ਬੇਟੇ ਆਪਣੇ ਸਹੀ ਸਹੀ ਮੈਂ ਰੋ ਰੋ ਕੇ ਅੱਖਾਂ ਨਵੀਨੀਆਂ ਕਰ ਲਈਆਂ ਸੀ ਕਿ ਮੈਂ ਆਪਣਾ ਪੁੱਤ ਮੇਰਾ ਅੱਛਾ ਜਦੋਂ ਆਇਆ ਸੁਰਜੀ ਮੁਹੰਮਦ ਸਦੀਕ ਆਏ ਜਿਹਨਾਂ ਨੂੰ ਸੁਰਜੀਤ ਸਿੰਘ ਕਹਿੰਦੇ ਸੀ ਸਰਦਾਰ ਹਾਂਜੀ ਤੇ ਉਦੋਂ ਨਵੀਨੇ ਸੀਗੇ ਹਾਂ ਨਵੀਨੇ ਸੀ ਬੇਬੀ ਮੇਰੇ ਦਾਦੀ ਅੱਛਾ ਦਾਦੀ ਕੀ ਕੰਮ ਕਰਦੇ ਸੀ ਪਿੰਡ ਚ ਭਾਈ ਤੁਸੀਂ ਅਸੀਂ ਦੋ ਭਾਈ ਦੋ ਭਾਈ ਠੀਕ ਠੀਕ ਤੇ ਤੁਹਾਡੇ ਦਾਦੇ ਦਾ ਕੀ ਨਾਮ ਸੀ ਰਮਜ਼ਾਨ ਰਮਜ਼ਾਨ ਮੁਹੰਮਦ ਰਮਜ਼ਾਨ ਅੱਛਾ ਇੰਨਾ ਕੁ ਪਤਾ ਕੋਈ ਵੱਡਿਆਂ ਕਿਹੜਾ ਪਿੰਡ ਸੀ ਉੱਧਰ ਜਿੱਧਰੋਂ ਆਏ ਸੀ ਇੰਡੀਆ ਚੋਂ ਅੱਛਾ ਇਹਦੇ ਨਹੀਂ ਪਤਾ ਲਓ ਦੋਸਤੋ ਅਸੀਂ ਕਬਰਸਤਾਨ 'ਚ ਸਾਨੂੰ ਸੁਰਜੀਤ ਸਿੰਘ ਜਿਹੜੇ ਕਿ ਮੁਹੰਮਦ ਸਦੀਕ ਉਹਨਾਂ ਦਾ ਬੇਟਾ ਲੈ ਕੇ ਆਇਆ ਅਸੀਂ ਖੜ੍ਹੇ ਹਾਂ ਸ਼ਾਹਕੋਟ ਦੇ ਕਬਰਸਤਾਨ 'ਚ ਅਤੇ ਜਿੱਥੇ ਸੁਰਜੀਤ ਸਿੰਘ ਜਿਹਨੂੰ ਕਿ ਮੁਹੰਮਦ ਸਦੀਕ ਕਿਹਾ ਜਾਂਦਾ ਹੈ ਦਫ਼ਨ ਨੇ ਅਤੇ ਇਹਨਾਂ ਨੇ ਆਪਣਾ 35 ਸਾਲ ਸਿੱਖ ਧਰਮ 'ਚ ਰਹੇ ਫਿਰ ਆਪਣਾ ਪੈਦਾਸ਼ੀ ਮੁਸਲਮਾਨ ਦੁਬਾਰਾ ਫਿਰ ਮੁਸਲਮਾਨ ਹੋਏ ਇੱਥੇ ਇਹਨੇ ਉੱਤੇ ਫਿਲਮ ਵੀ ਬਣੀ ਅਸੀਂ ਨਾਜ਼ਰੀਨ ਅੱਗੇ ਹਕੀਕਤ ਲੈ ਕੇ ਆਉਂਦੀ ਕਿ ਇਹ ਜਿਹੜੀ ਸਟੋਰੀ ਬਣੀ ਸੀ ਆਖਰ ਇਹ ਸਰਦਾਰ ਮੁਹੰਮਦ ਜਿਹਨੇ 'ਤੇ ਫਿਲਮ ਬਣੀ ਕੌਣ ਸੀ ਕਿੱਥੇ ਸੀ 1 ਸਾਲ ਦੀ ਕੋਸ਼ਿਸ਼ ਤੋਂ ਬਾਅਦ ਅਸੀਂ ਉਹਨਾਂ ਦੀ ਕਬਰ ਬਲਕਿ ਉਹ ਸਾਡੇ ਆਪਣੇ ਇਲਾਕੇ 'ਚ ਹੀ ਲੱਭ ਗਈ ਸਾਨੂੰ ਮੈਂ ਬੜਾ ਸ਼ੇਖਪੁਰੇ ਬੜੇ ਬੜੇ ਇਲਾਕੇ 'ਚ ਫਿਰਦੇ ਰਹੇ ਅਤੇ ਲੇਕਿਨ ਸਾਨੂੰ ਨਹੀਂ ਪਤਾ ਕਿ ਸ਼ਾਹਕੋਟ 'ਚ ਦਫ਼ਨ ਅਤੇ ਸਾਰੇ ਦੋਸਤਾਂ ਅੱਗੇ ਦਵਾ ਕੇ ਇਹਨਾਂ ਵਾਸਤੇ ਖਸੂਸੀ ਦਵਾ ਕਰਨ ਦੋਸਤੋ ਅਸੀਂ ਖੜ੍ਹੇ ਹਾਂ ਸ਼ਾਹਕੋਟ ਦੇ ਕਬਰਸਤਾਨ ਦੇ ਵਿੱਚ ਅਤੇ ਸਾਨੂੰ ਦੋ ਦੋਸਤ ਮਿਲੇ ਨੇ ਭਾਈ ਵੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਬਾਈ ਕੀ ਨਾਮ ਆਪਣਾ ਨਾਸਰ ਨਾਸਰ ਸਾਹਿਬ ਅੱਛਾ ਨਾਸਰ ਸਾਹਿਬ ਕਬਰਸਤਾਨ ਆਏ ਤੁਸੀਂ ਅਸੀਂ ਆਪਣੇ ਵਾਲਦ ਦੇ ਸਾਹਿਬ ਦੇ ਤੋਂ ਅੱਛਾ 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 ਤੁਹਾਨੂੰ ਇਹ ਅੱਜ ਤੋਂ ਪਹਿਲੇ ਪਤਾ ਸੀ ਕਿ ਜਿੱਥੇ ਫਿਲਮ ਬਣੀ ਮੁਹੰਮਦ ਸਦੀਕ ਸੁਰਜੀਤ ਸਿੰਘ ਉਹਦੀ ਕਬਰ ਵੀ ਹੈਗੀ ਅੱਛਾ ਤੁਹਾਨੂੰ ਨਹੀਂ ਸੀ ਪਤਾ ਅਸੀਂ ਸ਼ਾਹਕੋਟ ਦੇ ਇੱਥੇ ਜੰਮ ਪਲ ਨਹੀਂ ਸਾਨੂੰ ਨਹੀਂ ਅੱਛਾ ਨਹੀਂ ਪਤਾ ਲੋ ਜੀ ਸਾਡੀ ਕਾਵਜ ਬਾਈ ਤੁਹਾਡਾ ਕੀ ਨਾਂ ਇੱਥੇ ਰੱਖਿਓ ਅਸਲਾਮ ਵਾਲੇਕੁਮ ਅਦਨਾਮ ਨਾਮ ਠੀਕ ਹੈ ਜੀ ਅਤੇ ਆਪਣਾ ਕਬਰਸਤਾਨ ਆਏ ਸੀ ਹਾਂਜੀ ਕਿਹਦੀ ਕਬਰ 'ਤੇ ਆਏ ਜੀ ਦਾਦੇ ਫਿਲਮ ਦੇਖੀ ਸਰਦਾਰ ਮੁਹੰਮਦ ਹਾਂਜੀ ਦੇਖੀ ਕਾਫੀ ਦਫਾ ਦੇਖੀ ਅੱਛਾ ਅੱਛਾ ਤੁਹਾਨੂੰ ਪਤਾ ਹੈ ਜਿਹੜੀ ਸਰਦਾਰ ਮੁਹੰਮਦ ਫਿਲਮ ਬਣੀ ਜਿਹੜੇ ਬੰਦੇ 'ਤੇ ਹਾਂਜੀ ਜਿਹੜਾ ਬੰਦਾ ਪਾਕਿਸਤਾਨ ਆਇਆ ਉਹ ਸ਼ਾਹਕੋਟ 'ਚ ਦਫਨ ਨਹੀਂ ਪਤਾ ਸੀ ਅੱਛਾ ਲਓ ਅੱਜ ਤੁਹਾਨੂੰ ਕਬਰ ਵੀ ਦਿਖਾ ਦਿੱਤੀ ਉਹਨਾਂ ਦੀ ਆਹ ਪਿਛਲੀ ਸਾਈਡ 'ਤੇ ਕਬਰ ਉਹਨਾਂ ਦੀ ਅਤੇ ਫਿਲਮ ਜਿਹੜੀ ਬਣੀ ਸੀ ਇਹਨਾਂ 'ਤੇ ਬਣੀ ਸੀ ਇਹਨਾਂ ਨੇ ਆਪਣਾ ਪਹਿਲਾਂ ਮੁਸਲਮਾਨ ਸੀ ਤਕਰੀਬਨ ਛੋਟੇ ਬੱਚੇ ਜਿਹੜੇ ਸੀਗੇ ਇਹ ਡਿੱਗ ਜਦੋਂ ਉੱਧਰ ਰਹਿ ਗਏ ਸੀ ਅਤੇ ਫਿਰ ਇੱਧਰ ਆਏ ਆਪਣਾ ਦੁਬਾਰਾ ਇਸਲਾਮ ਧਰਮ ਕਬੂਲ ਕੀਤਾ ਉੱਥੇ ਕਰੋੜਾਂ ਦੀ ਜਾਇਦਾਦ ਛੱਡ ਕੇ ਆਏ ਸੀ ਠੀਕ ਹੈ ਅਤੇ ਹੋਰ ਕੋਈ ਕੀ ਕਹਿਣਾ ਚਾਹੁੰਦੇ ਆ ਸ਼ਾਹਕੋਟ ਤੁਸੀਂ ਕੀ ਪ੍ਰਾਊਡ ਮਹਿਸੂਸ ਕਰਦੇ ਸ਼ਾਹਕੋਟ ਦੇ ਹੋਣ ਦੇ ਨਾਤੇ ਕਿ ਇੱਕ ਐਡਾ ਵੱਡਾ ਹੀਰੋ ਜਿਹਨੇ ਆਪਣਾ ਘਰ ਆਪਣੀ ਮਾਂ ਦੇ ਖਾਤਰ ਸਾਰਾ ਕੁਝ ਛੱਡ ਦਿੱਤਾ ਦੇਖੋ ਨਾ ਇੰਨੀ ਜ਼ਿਆਦਾ ਛੱਡ ਕੇ ਉਹਨੇ ਕਹਿੰਦੇ ਮੈਂ ਆਪਣੀ ਮਾਂ ਕੋਲ ਜਾਣਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬੰਦੇ ਵਾਸਤੇ ਜੀ ਬੜੀ ਗੱਲ ਆ ਜੀ ਮਤਲਬ ਆਪਣਾ ਉਧਰ ਵੀ ਮਾਂ ਪਿਓ ਛੋੜ ਕੇ ਆਇਆ ਇੱਥੇ ਇੱਕ ਆਪਣੀ ਮਾਂ ਦੀ ਖਾਤਰ ਮਤਲਬ ਕਿ ਜੋ ਉਹਨਾਂ ਦਾ ਜੰਮਪਲ ਸੀ ਜਿਹੜੀ ਜਨਮਨ ਸੀ ਉਹਨਾਂ ਲਈ ਫੇਰ ਆ ਗਏ ਇੱਥੇ ਭਾਈ ਹੋਰ ਕੀ ਕਹਿਣਾ ਚਾਹੁੰਦੇ ਮੂਵੀ ਬਾਰੇ ਤੁਸੀਂ ਬਸ ਇਹ ਕਹਿ ਰਹੇ ਸੀ ਕਿ ਮੂਵੀ ਬਹੁਤ ਅੱਛੀ ਆ ਮੇਰੀ ਫੈਮਿਲੀ ਵੀ ਬਹੁਤ ਮਤਲਬ ਅੱਛੇ ਤਰੀਕੇ ਨਾਲ ਦੇਖਦੀ ਅਕਸਰ ਹੀ ਹਲੇ ਵੀ ਮੂਵੀ ਮਤਲਬ USB 'ਚ ਸਾਡੇ ਪੜੀ ਹੋਈ ਸੀ ਅਤੇ ਮਤਲਬ ਸਾਰੇ ਘਰ ਵਾਲੇ ਬਹੁਤ ਖੁਸ਼ ਹੋ ਕੇ ਦੇਖਦੇ ਨੇ ਮੂਵੀ ਬਹੁਤ ਅੱਛੀ ਸੀ ਬੜੀ ਇੰਟਰਸਟਿੰਗ ਸਟੋਰੀ ਉਹਦੇ 'ਚ ਸਰਦਾਰ ਮੁਹੰਮਦ ਹਾਂਜੀ ਅੱਛਾ ਕਿੰਨੀ ਖੁਸ਼ੀ ਹੋਈ ਹੈ ਕਿ ਇਹ ਸਰਦਾਰ ਮੁਹੰਮਦ ਜਿਹੜੇ ਅਸਲ ਹੀਰੋ ਫਿਲਮ ਦੇ ਉਹ ਸ਼ਾਹਕੋਟ 'ਚ ਦਫਨ ਆ ਸਾਡੇ ਲਾਗੇ ਹਾਂਜੀ ਕਿੰਨੀ ਖੁਸ਼ੀ ਹੋਈ ਤੁਹਾਨੂੰ ਬਹੁਤ ਖੁਸ਼ੀ ਹੋਈ ਮੈਂ ਬਹੁਤ ਹੈਰਾਨ ਵੀ ਹੋ ਗਿਆ ਜੀ ਮਤਲਬ ਇੰਨੀ ਮਤਲਬ ਹਸਤੀ ਸੀ ਉਹ ਤੇ ਜਿਹੜੇ ਇੱਥੇ ਸਾਡੇ ਮਤਲਬ ਸਰਦਾਰ ਮੁਹੰਮਦ ਸੀ ਜਿਹੜੇ ਉਹ ਜੀ ਉੱਥੋਂ ਇੰਡੀਆ 'ਚੋਂ ਇੱਥੇ ਆਏ ਤੇ ਸਾਨੂੰ ਤੇ ਪਤਾ ਹੀ ਨਹੀਂ ਸੀ ਅਸੀਂ ਤੇ ਬਹੁਤ ਖੁਸ਼ ਵੀ ਹੋਏ ਤੇ ਹੈਰਾਨ ਵੀ ਹੋ ਗਿਆ ਜੀ ਮੈਂ ਉਹ ਮਤਲਬ ਇੱਥੇ ਆਏ ਸੀ ਹਾਂ ਇੱਥੇ ਦਫਨ ਹੋਏ ਵੇਖ ਲਓ ਜੀ ਤੇ ਉਹਨਾਂ ਦੇ ਬੇਟੇ ਨੂੰ ਵੀ ਮਿਲੇ ਅੱਜ ਉਹਨਾਂ ਨੂੰ ਵੀ ਮਿਲ ਕੇ ਤੁਸੀਂ ਆਹ ਬੇਟੇ ਆ ਉਹਨਾਂ ਦੇ ਹੈ ਚਲੋ ਜੀ ਦੋਸਤੋ ਤੁਸੀਂ ਦੇਖ ਰਹੇ ਕਿ ਆਹ ਦੋਸਤਾਂ ਨੇ ਜਦੋਂ ਪਤਾ ਚੱਲਿਆ ਕਿ ਸਰਦਾਰ ਮੁਹੰਮਦ ਜਿਹੜੇ
ਮੁਹੰਮਦ ਸਦੀਕ ਉਹਨਾਂ ਦੀ ਕਬਰ ਆ, ਜਿਹੜੇ ਕਿ ਸੁਰਜੀਤ ਸਿੰਘ ਸੀ ਉਹ ਫੌਰੀ ਫਾਤਿਹਾ ਪੜ੍ਹਨ ਆਏ ਕਬਰ ਦੇ ਉੱਤੇ, ਦੁਆ ਮੰਗ ਰਹੇ ਨੇ ਅੱਲਾਹ ਤਾਲਾ ਇਹਨਾਂ ਦੀ ਮਗਫਰਤ ਕਰੇ। ਇਹ ਹੁਣ ਉਮੀਦ ਕਰਾਂਗੇ ਕਿ ਇੱਥੇ ਬੋਰਡ ਵੀ ਲੱਗੇਗਾ ਅਤੇ ਉਹਦੇ ਉੱਤੇ ਲਿਖਿਆ ਜਾਏਗਾ ਕਿ ਸਰਦਾਰ ਮੁਹੰਮਦ, ਜਿਹੜੇ ਕਿ ਫਿਲਮ ਦੇ ਹੀਰੋ ਮੁਹੰਮਦ ਸਦੀਕ, ਜਿਹੜੇ ਕਿ ਸੁਰਜੀਤ ਸਿੰਘ ਸੀਗੇ ਜਿਨ੍ਹਾਂ ਨੇ ਆਪਣੀ ਮਾਂ ਦੀ ਖਾਤਰ ਸਾਰਾ ਕੁਝ ਛੱਡਿਆ ਸੀ ਔਰ ਪਾਕਿਸਤਾਨ ਆਏ ਸੀ, ਉਹਨਾਂ ਦੀ ਕਬਰ ਆ। ਦੂਸਰੇ ਨਾਜ਼ਰੀਨ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਮੈਂ ਦੱਸਦਾ ਚੱਲਾਂ, ਸ਼ਾਹਕੋਟ ਨਨਕਾਣਾ ਰੋਡ ਦੇ ਕਰੀਬ ਰਸ਼ਦ ਹੋਸਪਿਟਲ ਦੇ ਲਾਗੇ ਕਬਰਸਤਾਨ ਹੈਗਾ ਜੀ, ਨਨਕਾਣੇ ਰੋਡ 'ਤੇ ਤੁਸੀਂ ਆਓ, ਇਹ ਕਬਰ ਉੱਥੇ ਮੌਜੂਦ ਹੈ ਜੀ ਉਹਨਾਂ ਦੀ।